ਸਾਰਿਆਂ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣਾ ਕੀਮਤੀ ਟਾਈਮ ਕੱਢ ਕੇ ਮੇਰੇ ਵਾਸਤੇ ਛੋਟੇ ਜਿਹੇ ਇਨਸਾਨ ਹੀ ਸੁਣਨ ਵਾਸਤੇ ਇੱਥੇ ਆਏ ਹੋ। ਅੱਜ ਤੁਸੀਂ ਹੀ ਮੈਂ ਆਪਣਾ ਭਾਸ਼ਣ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੜੀ ਦੁੱਖ ਭਰੀ ਖਬਰ ਦੇ ਦੇਣਾ ਕਿ ਸਰਦਾਰ ਬਹਾਦਰ ਸਿੰਘ ਜੀ ਜੋ ਸਾਡੇ ਜੁਆਇੰਟ ਡਾਇਰੈਕਟਰ ਸਨ ਐਜੂਕੇਸ਼ਨ ਨੇ, ਹੁਣੀ ਮੈਸੇਜ ਫਲੈਸ਼ ਹੋਇਆ ਕਿ ਉਹਨਾਂ ਦੀ ਡੈਥ ਹੋ ਗਈ ਹੈ। ਨਨਿਆਲ ਵਾਲੇ ਨਨਿਆਲ ਦੇ ਰਹਿਣ ਵਾਲੇ ਸਨ, 5 ਨੰਬਰ ਵਾਰਡ 'ਚ ਫਿਲਮ ਮੇਕਰ ਸ਼ਿਫਟ ਸਨ, ਉਹਨਾਂ ਦੀ ਡੈਥ ਹੈ। ਸਵੇਰੇ 11 ਵਜੇ ਉਹਨਾਂ ਨੇ ਸੰਸਕਾਰ ਹੋਣਾ ਹੈ ਕਿ ਇਹ ਦੁਆ ਕਰਾਂਗੇ ਇਸ ਵਾਹਿਗੁਰੂ ਕੇ ਰੋਗ ਰੱਬ ਉਹਨਾਂ ਨੇ ਆਤਮਾ ਸ਼ਾਂਤੀ ਦੇ ਔਰ ਸਵਰਗਾਂ ਦੀ ਵਾਸ ਦੇ, ਇਹੀ ਕਹਿ ਸਕਦੇ ਹਾਂ। ਮੇਰੇ ਬਜ਼ੁਰਗੋ, ਮੇਰੇ ਵੀਰੋ, ਅੱਜ 2014 ਹੀ ਇਲੈਕਸ਼ਨ ਹੋਇਆ ਸੀ, ਅੱਜ 2014 ਤੋਂ ਬਾਅਦ ਅੱਜ 2024 'ਚ ਇਲੈਕਸ਼ਨ ਆਇਆ। 10 ਸਾਲਾਂ ਬਾਅਦ ਅੱਜ ਮੁੜ ਕੇ ਫਿਰ ਇਲੈਕਸ਼ਨ ਦਾ ਮਾਹੌਲ ਬਣਿਆ ਜੰਮੂ ਕਸ਼ਮੀਰ ਨਾਲ। ਅੱਜ ਜੰਮੂ ਕਸ਼ਮੀਰ ਨੇ ਲੋਕ, ਹਿੰਦੁਸਤਾਨ ਨੇ ਜੁਡੀਸ਼ਰੀ, ਹਿੰਦੁਸਤਾਨ ਨੇ ਸੁਪਰੀਮ ਕੋਰਟ ਔਰ ਚੀਫ ਜਸਟਿਸ ਆਫ ਇੰਡੀਆ ਨਾਲ ਸ਼ੁਕਰੀਆ ਅਦਾ ਕਰਨੇ ਆ ਕਿ ਉਹਨਾਂ ਨੇ ਆਪਣੇ ਫੈਸਲੇ ਨਾਲ ਅੱਜ ਜੰਮੂ ਕਸ਼ਮੀਰ 'ਚ ਇਲੈਕਸ਼ਨ ਕਰਾ ਰਿਹਾ। ਕਿਉਂਕਿ ਜੰਮੂ ਕਸ਼ਮੀਰ ਨੇ ਜੋ ਬੀਜੇਪੀ ਨੇ ਲੀਡਰ ਸਨ ਔਰ ਨਹੀਂ ਸਨ ਚਾਹੁੰਦੇ ਕਿ ਜੰਮੂ ਕਸ਼ਮੀਰ 'ਚ ਇਲੈਕਸ਼ਨ ਹੋਣ, ਕਿਉਂਕਿ ਜੰਮੂ ਕਸ਼ਮੀਰ ਨੇ ਇਲੈਕਸ਼ਨ ਲੇਕਿਨ 2014 ਹੀ ਹੋਏ ਸਨ ਮੇਰੇ ਵੀਰੋ। ਇਹ ਸਟੇਟ ਸੀ, ਜੰਮੂ ਕਸ਼ਮੀਰ ਇੱਕ ਸਟੇਟ ਸੀ ਔਰ 370 ਇੱਕ ਸਪੈਸ਼ਲ ਸਟੇਟਸ ਸੀ। ਇਹ ਰਿਆਸਤ 2014 ਇੱਕ ਰਿਆਸਤ ਸੀ, ਅੱਜ ਜਿਹੜੇ 2024 ਤੋਂ ਇਲੈਕਸ਼ਨ ਲੜ ਰਹੇ ਹੋ, ਨਾ ਤੁਸਾਂ ਨੇ ਉਹ ਸਪੈਸ਼ਲ ਸਟੇਟਸ ਰਿਹਾ, ਨਾ ਤੁਸਾਂ ਨੇ ਉਹ ਸਟੇਟ ਰਹੀ, ਅੱਜ UT ਬਣ ਕੇ ਰਹਿ ਗਈ ਹੈ। ਕਿਆ 2014 ਹੀ ਤੁਸੀਂ ਇਸ ਵਾਸਤੇ ਵੋਟ ਪਾਇਆ ਸੀ ਕਿਆ? ਮੇਰੇ ਬਜ਼ੁਰਗੋ, ਮੇਰੇ ਵੀਰੋ, ਜਦੋਂ ਤੁਸੀਂ 2014 ਹੀ ਤੁਸੀਂ ਵੋਟ ਪਾਇਆ ਸੀ ਉਦੋਂ ਤੁਸਾਂ ਨੇ ਬੱਚੇ ਫੌਜ ਵਿੱਚ ਭਰਤੀ ਹੋ ਰਹੇ ਸਨ, ਤੁਸਾਂ ਨੇ ਬੱਚੇ ਮਾਸਟਰ ਲੱਗ ਰਹੇ ਸਨ, ਤੁਸਾਂ ਨੇ ਬੱਚੇ ਰੈਬਰੇ ਤਾਲੀਮ ਨੇ ਮਾਸਟਰ ਲੱਗ ਰਹੇ ਸਨ, ਤੁਸਾਂ ਨੇ ਬੱਚੇ ਰੈਬਰੇ ਖੇਲ, ਰੈਬਰੇ ਜੰਗਲਾਤ, ਰੈਬਰੇ ਤਾਲੀਮ ਨੇ ਬੱਚੇ ਲੱਗ ਰਹੇ ਸਨ। 2014 ਜਦੋਂ ਤੁਸਾਂ ਵੋਟ ਪਾਇਆ, ਤੁਸਾਂ ਨੇ ਬੱਚੇ ਡੇਲੀ ਵਿੱਚ ਲੱਗ ਰਹੇ ਸਨ, ਤੁਸਾਂ ਦੀਆਂ ਪੁਲਿਸ ਦੀਆਂ ਭਰਤੀਆਂ ਰੂਟੀਨ ਵਿੱਚ ਹੋਣੀਆਂ ਸਨ। 2014 ਜਦੋਂ ਤੁਸਾਂ ਵੋਟ ਪਾਇਆ, ਤੁਸੀਂ ਗੱਲ ਕਰਨੇ ਸੋ ਉਦੋਂ ਤੁਸੀਂ ਆਪਣੇ ਬੇਰੁਜ਼ਗਾਰ ਬੱਚੇ ਨੇ ਰੁਜ਼ਗਾਰ ਨੇ ਗੱਲ ਨਹੀਂ ਸੋ ਕਰਨੇ, ਉਦੋਂ ਤੁਸੀਂ ਗੱਲ ਕਰਨੇ ਸੋ ਕਿ ਨਸ਼ਹਿਰਾ ਹੀ ਡਿਸਟ੍ਰਿਕਟ ਮਿਲਣਾ ਚਾਹੀਦਾ, ਤੁਸੀਂ ਗੱਲ ਕਰਨੇ ਸੋ ਕਿ ਸਾਡੀਆਂ ਸੜਕਾਂ ਬਣਨੀਆਂ ਚਾਹੀਦੀਆਂ, ਸਾਡੇ ਪੁੱਲ ਬਣਨੇ ਚਾਹੀਦੇ, ਸਾਡੀ ਤਾਮੀਰ ਔਰ ਤਰੱਕੀ ਹੋਣੀ ਚਾਹੀਦੀ ਹੈ, ਸਾਡੀ ਬਿਜਲੀ ਨੇ ਕੱਟ ਬੰਦ ਹੋਣੇ ਚਾਹੀਦੇ, ਸਾਡੇ ਘਰਾਂ 'ਚ ਪਾਣੀ ਨਹੀਂ ਆਉਣਾ, ਅਸੀਂ ਪਾਣੀ ਮਿਲਣਾ ਚਾਹੀਦਾ। ਐਸੇ ਬੇਸ਼ੁਮਾਰ ਮਸਲੇ ਔਰ ਮਸਾਇਲ ਤੁਸਾਂ ਨੇ ਸਨ, ਤੁਸੀਂ ਉਹਨਾਂ ਦੀ ਡਿਮਾਂਡ ਕਰਨੇ ਸੋ। ਅੱਜ ਮੁੜ ਕੇ ਜਿਹੜੇ 10 ਸਾਲਾਂ ਬਾਅਦ ਇਲੈਕਸ਼ਨ ਹੋ ਰਹੇ ਨੇ ਮੇਰੇ ਵੀਰੋ, ਅੱਜ ਤੁਸੀਂ ਇਹ ਪੁੱਲ, ਨਾਲੀਆਂ, ਗਲੀਆਂ, ਮਲੀਆਂ ਨਹੀਂ ਮੰਗ ਰਹੇ, ਅੱਜ ਤੁਸੀਂ ਮੰਗ ਰਹੇ ਹੋ ਇੱਕੋ ਗੱਲ ਮੰਗ ਰਹੇ ਹੋ ਕਿ ਸਾਡੇ ਬੇਰੁਜ਼ਗਾਰ ਬੱਚਿਆਂ ਦੀ ਦੀਵਾਰ ਜੋ ਖੜੀ ਹੋ ਗਈ ਹੈ, ਇਹਨਾਂ ਬੇਰੁਜ਼ਗਾਰ ਬੱਚਿਆਂ ਨੂੰ ਰੁਜ਼ਗਾਰ ਦੇ ਦਿਓ, ਇਹੀਓ ਮੰਗ ਰਹੇ ਹੋ ਨਾ? ਮੰਗ ਰਹੇ ਹੋ ਜਾਂ ਨਹੀਂ ਮੰਗ ਰਹੇ? ਰੁਜ਼ਗਾਰ ਮੰਗ ਰਹੇ ਹੋ ਨਾ? ਅਗਰ ਇਹ ਰੁਜ਼ਗਾਰ ਅਸੀਂ ਬੱਚੇ ਮੰਗ ਰਹੇ ਤਾਂ ਰੁਜ਼ਗਾਰ ਕਿਸਨੇ ਦੇਣਾ ਸੀ? ਜੰਮੂ ਕਸ਼ਮੀਰ ਜਿਲ੍ਹੇ ਤੋੜਿਆ ਗਿਆ, ਇਸੀ ਸਟੇਟ ਤੋਂ UT ਬਣਾਇਆ ਗਿਆ, 370 ਸਟੇਟਸ ਤੋੜਿਆ ਗਿਆ, ਸਪੈਸ਼ਲ ਸਟੇਟਸ ਜਿਹੜਾ ਸਾਡਾ ਸੀ ਮਹਾਰਾਜਾ ਹਰੀ ਸਿੰਘ ਨੇ ਜੋ ਸਾਨੂੰ ਸਟੇਟਸ ਦਿੱਤਾ ਸੀ, ਇਹ ਕੋਈ ਨੈਸ਼ਨਲ ਕਾਂਗਰਸ ਜਾਂ ਕਿਸੇ ਸਰਕਾਰ ਨੇ ਨਹੀਂ ਦਿੱਤਾ ਸੀ, ਮਹਾਰਾਜਾ ਹਰੀ ਸਿੰਘ ਨੇ ਸਟੇਟਸ ਦਿੱਤਾ ਸੀ। ਮਹਾਰਾਜਾ ਹਰੀ ਸਿੰਘ ਨੇ ਸਟੇਟਸ ਕਿਉਂ ਦਿੱਤਾ ਸੀ? ਜਿਸਲੇ ਰਿਆਸਤ ਖਰੀਦੀ ਗਈ 75 ਲੱਖ ਰੁਪਇਆਂ ਵਿੱਚ, ਉਸਲੇ ਮਹਾਰਾਜਾ ਹਰੀ ਸਿੰਘ ਨੇ ਜਿਹੜੇ ਰਿਆਸਤ ਖਰੀਦੀ, ਰਿਆਸਤ ਦੇ ਅੰਦਰ ਬੜੀ ਗਰੀਬੀ ਸੀ, ਸਾਡੇ ਬਜ਼ੁਰਗ ਬੜੇ ਗਰੀਬ ਸਨ।
ਉਹਨਾਂ ਗਰੀਬਾਂ ਨੇ ਗਰੀਬੀ ਦੇਖਣੇ ਹੋਏ, ਕਿਉਂਕਿ ਇਸਨੇ ਨਾਲ ਲੱਗਣੀਆਂ ਜਿਹੜੀਆਂ ਸਟੇਟਾਂ ਸਨ, ਚਾਹੇ ਉਹ ਪੰਜਾਬ ਸੀ ਚਾਹੇ ਹਰਿਆਣਾ ਸੀ, ਉਹ ਬੜੇ ਅਮੀਰ ਲੋਕ ਸਨ। ਮਹਾਰਾਜਾ ਇਹ ਫਿਕਰ ਸੀ ਕਿ ਅਗਰ ਮੈਂ ਸਪੈਸ਼ਲ ਸਟੇਟਸ ਨਾ ਦਿੱਤਾ ਤਾਂ ਮੇਰੀ ਸਟੇਟ ਦੀਆਂ ਜ਼ਮੀਨਾਂ, ਮੇਰੇ ਰੁਜ਼ਗਾਰ, ਮੇਰੇ ਬੱਚਿਆਂ ਨਾਲ ਬਾਹਰਲੀਆਂ ਸਟੇਟਾਂ ਲੈ ਕੇ ਚਲੀਆਂ ਜਾਣਗੀਆਂ। ਇਸ ਵਾਸਤੇ ਉਸਨੇ ਇੱਕ ਬੰਦਿਸ਼ ਲਾਈ ਸੀ ਔਰ 370 ਦਿੱਤਾ ਸੀ। ਅੱਜ 370 ਟੁੱਟ ਗਿਆ। ਬੀਜੇਪੀ ਨੇ ਪ੍ਰਦੇਸ਼ ਅਧਿਆਪਕ ਜੋ 2014 ਤੋਂ ਉੱਥੋਂ MLA ਵੀ ਚੁਣਿਆ ਗਿਆ ਮੇਰਾ ਭਰਾ, ਉਸਨੇ ਉਹ ਵੀ ਬੜੀਆਂ ਖੁਸ਼ੀਆਂ ਮਨਾ ਰਿਹਾ ਸੀ। ਇਹ ਕਹਿ ਕੇ ਖੁਸ਼ੀਆਂ ਮਨਾ ਰਿਹਾ ਸੀ ਦਿੱਲੀ ਤੋਂ ਬੜਾ ਪੈਸਾ ਆਉਣਾ, 370 ਨੇ ਕਾਰਨ ਇੱਥੇ ਲੱਗ ਨਹੀਂ ਸਕਣਾ। ਦਿੱਲੀ ਤੋਂ ਬੜੀਆਂ ਨੌਕਰੀਆਂ ਆਉਣੀਆਂ, ਉਹ 370 ਨੇ ਕਾਰਨ ਸਾਡੇ ਬੇਰੁਜ਼ਗਾਰ ਬੱਚਿਆਂ ਹੀ ਮਿਲ ਨਹੀਂ ਸਕਣੀਆਂ। ਇਹੀਓ ਗੱਲ ਕਹਿ ਰਹੇ ਸਨ। ਉੱਚੇ ਬੋਲਣ ਕਿ ਡਰ ਮਾਰਿਆ ਹੈ ਉਸਨੇ, ਜਾਂ ਤੁਸੀਂ ਬੱਚੇ ਸਾਰੇ ਰੁਜ਼ਗਾਰ ਲੱਗੀ ਜਾਣਗੇ, ਫਿਰ ਉੱਚੇ ਬੋਲਣ ਡਰਨੇ ਗਈ ਖਾਣ ਪੈਸੇ ਖਾ ਲੈਣ ਕਿਤੇ ਲੋਕੇ। ਉੱਚੇ ਆਪਣੀ ਜਵਾਨ 'ਚ ਆਵਾਜ਼ ਦਿਓ, ਕਿਆ ਇਹ ਚੀਜ਼ਾਂ ਕਹੀਆਂ ਸਨ ਜਾਂ ਨਹੀਂ ਕਹੀਆਂ ਸਨ? ਔਰ ਅੱਜ ਵੀ ਦੱਸੋ, 2024 ਤੋਂ ਬਾਅਦ 2024 ਵਿੱਚ ਇਹਨਾਂ ਕਿਹਾ ਸੀ ਕਿ 370 ਸਟੇਟ ਨੇ ਕਾਰਨ ਜੰਮੂ ਕਸ਼ਮੀਰ 'ਚ ਕਰਪਸ਼ਨ ਹੈ, ਭ੍ਰਿਸ਼ਟਾਚਾਰ ਹੈ, ਇਹ ਗੱਲ ਕਹੀ ਸੀ ਨਾ? ਤੇ ਕਿਆ ਅੱਜ ਕਰਪਸ਼ਨ ਮੁੱਕ ਗਈ ਹੈ? ਉਹ 2014 ਇਹਨਾਂ ਕਿਹਾ ਸੀ ਕਿ ਮਹਿੰਗਾਈ ਬੜੀ ਮਹਿੰਗੀ ਹੈ, ਸਿਲੰਡਰ 450 ਨਾਲ ਬੜਾ ਮਹਿੰਗਾ, ਅੱਜ ਕਿੰਨੇ ਨਾ? ਸਰਸੋਂ ਦਾ ਤੇਲ ਬੜਾ ਮਹਿੰਗਾ ਸੀ ਉਸਲੇ, ਅੱਜ ਕਿੰਨੇ ਨਾ? ਮੂੰਗੀ ਦੀ ਦਾਲ ਅੱਜ ਸੁਣਨੇ ਸਾ ਕੁਣ ਖਾਣਾ ਸੀ, ਜਦੋਂ ਕੋਈ ਬੜਾ ਕੋਈ ਪੇਟ ਖਰਾਬ ਹੋਈ ਹੋਵੇ, ਲੂਜ਼ ਮੋਸ਼ਨ ਲੈਣੇ, ਉਹਨੂੰ ਮੂੰਗੀ ਦੀ ਦਾਲ ਘਰਾਂ ਹੀ ਬਣਨੀ ਸੀ। ਅੱਜ ਮੂੰਗੀ ਦੀ ਦਾਲ ਦੀ ਕੀਮਤ ਕਿਆ ਜੋ ਸਾਰੇ ਦੇਖ ਰਹੇ ਹੋ? ਅੱਜ ਕਿਚਨ ਮੇਰੀਆਂ ਭੈਣਾਂ ਬੈਠੀਆਂ, ਅੱਜ ਕਿਚਨ ਜੋ 2014 ਤੋਂ ਬਹਿ ਰਿਹਾ, ਤੁਸੀਂ ਕਿਚਨ ਦਾ ਖਰਚਾ ਕਿੰਨਾ ਆਉਣਾ ਸੀ? ਅੱਜ 10 ਸਾਲਾਂ ਬਾਅਦ 2024 ਤੁਸੀਂ ਕਿਚਨ ਦਾ ਖਰਚਾ ਕਿਆ? ਇਹ ਸੋਚਿਆ ਕਮਾਈ ਇੱਕ ਪੈਸੇ ਨਹੀਂ ਵਧੀ, ਬੱਚੇ ਤੁਸੀਂ ਬੇਰੁਜ਼ਗਾਰ ਹੋ ਗਏ, ਲੇਕਿਨ ਮਹਿੰਗਾਈ ਕਿੱਥੇ ਖੜੀ ਹੋ ਗਈ ਹੈ ਤੁਸੀਂ ਸਾਹਮਣੇ? ਇਹ ਕਿਚਨ ਕਿਸ ਤਰ੍ਹਾਂ ਚਲਾਓਗੇ? ਇਹ ਘਰ ਕਿਸ ਤਰ੍ਹਾਂ ਚਲਾਓਗੇ? ਆਪਣਾ ਪਰਿਵਾਰ ਕਿਸ ਤਰ੍ਹਾਂ ਚਲਾਓਗੇ? ਮੇਰੇ ਵੀਰੋ, ਮੇਰੇ ਬਜ਼ੁਰਗੋ, ਇਹ ਕਦੇ ਸੋਚਿਆ ਤੁਸੀਂ ਨਾ 10 ਸਾਲਾਂ ਵਿੱਚ? ਅੱਜ 10 ਸਾਲਾਂ ਬਾਅਦ ਮੇਰਾ ਭਰਾ ਜਿਹੜਾ 2014 ਇੱਕ ਡਰਾਮਾ ਕਰਕੇ ਜਿੱਤ ਗਿਆ ਸੀ, ਉਸ ਖੱਪ ਪਾਈ ਕਿ ਸੁਰਿੰਦਰ ਚੌਧਰੀ ਨੇ ਮੈਂ ਮਾਰਿਆ, ICU ਨਾ ਬੈਠ, ਤੁਸੀਂ ਗਰੀਬਾਂ ਹੀ ਭਾਵੇਂ ਸੀਰੀਅਸ ਤੋਂ ਸੀਰੀਅਸ ਵੀ ਹੋਵੋ, ਆਖਰੀ ਪਲਾਂ ਪਰ ਹੋਵੋ, ਤੁਸੀਂ ਇਸ ਸਿਫਾਰਿਸ਼ ਤੋਂ ਬਿਨਾਂ ICU ਨਾ ਬੈਠ ਗੰਗ ਮੈਡੀਕਲ ਕਾਲਜ ਨਹੀਂ ਲੱਭਣਾ, ਲੱਭਣਾ ਹੈਗਾ। ਲੇਕਿਨ ਮੇਰਾ ਵੀਰ ਚੰਗਾ ਭਲਾ ਇੱਥੋਂ ਗਿਆ, ਡਰਾਮਾ ਕੀਤਾ, ਉੱਥੇ ਜਾਈ ਤਾਂ ਪਹਿਲਾਂ ਹੀ ICU ਬੈਡ 'ਤੇ ਤਿਆਰ ਸੀ ਕਿ ਨਹੀਂ ਤਿਆਰ ਸੀ? ਇਸ ਵਾਸਤੇ ਬੈਡ ਅਤੇ ਤੁਸਾਂ ਵਾਸਤੇ ਬੈਡ ਕੋਈ ਨਹੀਂ। ਮੇਰੀ ਕੋਈ ਜਾਤੀ ਦੁਸ਼ਮਣੀ ਨਹੀਂ ਹੈ ਉਸ ਨਾਲ, ਮੈਂ ਕਿਹੜੀ ਜ਼ਮੀਨ ਵੰਡਣੀ ਹੈ, ਲੇਕਿਨ ਮੇਰੇ ਮੁੱਦਿਆਂ ਦੀ ਗੱਲ ਹੈ। ਮੇਰਾ ਵੀਰ 2014 MLA ਬਣ ਕੇ ਗਿਆ, ਮੋਦੀ ਸਾਹਿਬ ਨਾਲ ਫੋਟੋ ਪਿੱਛਾ ਲਾ ਕੇ ਉਹ MLA ਬਣ ਗਿਆ, ਲੇਕਿਨ ਸੁਰਿੰਦਰ ਚੌਧਰੀ ਉਸਦੇ ਲੋਕ ਭੁੱਲ ਗਏ। ਸੁਰਿੰਦਰ ਚੌਧਰੀ ਨਾਲ ਰਿਸ਼ਤਾ ਤੁਸਾਂ ਨਾਲ ਬੜਾ 18-19 ਸਾਲਾਂ ਨਾਲ ਰਿਸ਼ਤਾ ਸੀ ਮੇਰਾ, ਤੁਸਾਂ ਅੱਜ ਇੰਨਾ 18-19 ਸਾਲਾਂ ਨਾਲ ਮੇਰਾ ਰਿਸ਼ਤਾ, ਤੁਸਾਂ ਦੀ ਖੁਸ਼ੀ ਔਰ ਗਮੀ ਨਾਲ ਰਿਸ਼ਤਾ ਸੀ। ਮੈਂ ਤੁਸਾਂ ਦੀ ਖੁਸ਼ੀ ਚ ਕਦੇ ਆਇਆ? ਅਗਰ ਤੁਸਾਂ ਦੀ ਖੁਸ਼ੀ ਆਇਆ, ਸ਼ਗਨ ਦਿੱਤਾ, ਆਪਣਾ ਜੋ ਫੁਲਪਤਾ ਖਾਧਾ, ਕੋਈ ਕਦੇ ਪੋਲੀਟੀਕਲ ਗੱਲ ਨਹੀਂ ਕੀਤੀ, ਵਾਪਸ ਚਲਾ ਗਿਆ। ਗਮੀ ਵਿੱਚ ਅਗਰ ਉੱਥੇ ਫੂੜੀ ਪਰ ਬੈਠਾ, ਕੋਈ ਪੋਲੀਟੀਕਲ ਜਾਂ ਵੋਟ ਨਹੀਂ ਗੱਲ ਨਹੀਂ ਕੀਤੀ, ਗਮ ਵਿੱਚ ਬੈਠਾ, ਉੱਥੋਂ ਉੱਠ ਕੇ ਸੋਚ ਕੇ ਚਲਾ ਗਿਆ। ਮੈਂ ਕਦੇ ਵੋਟ ਨਹੀਂ ਮੰਗੇ, ਕਿਆ ਮੰਗੇ ਕਦੇ ਵੋਟ ਨਾ ਫੂੜੀਆਂ ਪਰ ਬਹਿ ਕੇ? ਮੈਂ ਸਿਰਫ ਔਰ ਸਿਰਫ ਕਿਉਂ ਤੁਸੀਂ ਖੁਸ਼ੀ ਗਮੀ ਆਉਣਾ ਸਾਂ, ਇਹ ਦੱਸਣ ਵਾਸਤੇ
ਕਿ ਤੁਸਾਂ ਦੀ ਖੁਸ਼ੀ ਵਿੱਚ ਵੀ ਇੱਕ ਬੰਦਾ ਐਸਾ ਹੈ ਜੋ ਸਾਂਝਾ ਹੈ, ਤੁਸਾਂ ਦੀ ਗਮੀ ਵਿੱਚ ਵੀ ਇੱਕ ਬੰਦਾ ਐਸਾ ਹੈ ਜੋ ਸਾਂਝਾ ਹਮੇਸ਼ਾ ਪਹੁੰਚੇਗਾ। ਉਹ 2014 ਹੀ ਕੁਛ ਲੋਕ ਭੁੱਲ ਗਿਆ ਉਸਨੇ, ਲੇਕਿਨ ਇਸ ਬੰਦੇ ਹੀ ਉਹਨਾਂ ਪਸੰਦ ਕੀਤਾ ਸਰ ਮੋਦੀ ਸਾਹਿਬ ਨੇ ਫੋਟੋ ਉੱਪਰ। ਮੇਰੇ ਬਜ਼ੁਰਗੋ, ਮੇਰੇ ਵੀਰੋ, ਜਿਲ੍ਹੇ ਫੋਟੋਆਂ ਪਰ ਰਿਸ਼ਤੇ ਕਰੋਗੇ ਤੋ ਅੱਜ ਵੀ ਟੁੱਟਣਗੇ ਤੇ ਕਦੇ ਕੱਲ ਵੀ ਟੁੱਟਣਗੇ। ਮੇਰੇ ਬਜ਼ੁਰਗ ਜਵਾਨ ਨੇ ਪਰ ਰਿਸ਼ਤਾ ਕੁੜੀ ਮੁੜੀ ਨਾ ਕਰਨੇ ਸਨ, ਕਦੇ ਕੋਰਟਾਂ ਕਚਹਿਰੀਆਂ ਤੇ ਨਹੀਂ ਗਏ ਨਾ, ਅੱਜ ਫੋਟੋਆਂ ਪਰ ਰਿਸ਼ਤੇ ਹੋ ਰਹੇ ਨੇ ਤਾਂ ਜਾਓ ਕੋਰਟ ਜਿੱਥੇ ਕੋਈ ਮੈਟਰੋ ਮੈਂ ਮਿਲਣੇ ਕੇਸ ਕਿਸਨੇ ਲੱਗੇ। ਇਹ ਫੋਟੋਆਂ ਦਾ ਨੁਕਸਾਨ ਇਹ ਹੈ ਮੇਰੇ ਵੀਰੋ, ਇਹ ਰੋਜ਼ ਅੱਜ ਮੇਰਾ ਵੀਰ 2014 ਹੀ ਤਾਂ ਐਮਐਲਏ ਬਣ ਗਿਆ ਫੋਟੋਆਂ ਨਾਲ, ਅੱਜ 2024 ਤੇ ਹਿਸਾਬ ਦੇਣਾ ਪਵੇਗਾ ਨਾ। ਜਿਹੜਾ ਹਿਸਾਬ ਦੇਣ ਦੀ ਵਾਰੀ ਆਈ, ਕਦੇ ਅਸੀਂ ਸੁਣਨੇ ਸਾਂ ਜੀ ਬਹੁਤ ਇਲੈਕਸ਼ਨ ਲੜ ਰਿਹਾ, ਕਟਰਾ ਤੋਂ ਇਲੈਕਸ਼ਨ ਲੜ ਰਿਹਾ, ਹੋਰ ਪਤਾ ਨਹੀਂ ਕਿੱਥੋਂ ਕਿੱਥੋਂ ਲੜ ਰਿਹਾ। ਮੇਰਾ ਵੀਰ ਨੱਸ ਕਿਉਂ ਰਿਹਾ ਸੀ? ਪਰ ਮੈਂ ਉਸ ਵੇਲੇ ਬੜਾ ਪਰੇਸ਼ਾਨ ਸਾਂ ਜਿਹਦੇ ਅੱਗੇ ਪਿੱਛੇ ਨੱਸ ਰਿਹਾ ਸੀ। ਮੈਂ ਹੁਣ ਸਰ ਨਵਾਂ ਪਤਾ ਨਹੀਂ ਕੋਈ ਹੋਰ ਆਪਸੀ ਤੇ ਫਿਰ ਤੂੰ ਸੁਸਨੇ ਦੁਆਲਾ ਹੋਈ ਆ ਸੋ। ਮੈਂ ਕਿਹਾ ਇਹ ਆਉਣਾ ਚਾਹੀਦਾ, ਮੈਂ ਵੀ ਰੁਆ ਕੇ ਰੱਬ ਅੱਗੇ ਦੁਆ ਕਰ ਰਿਹਾ ਸਾਂ, ਹਾਰ ਜਿੱਤ ਲੱਗੀ ਹੈ ਲੇਕਿਨ ਇਸ ਨਾਲ ਹੀ ਮੁਕਾਬਲਾ ਹੋਣਾ ਚਾਹੀਦਾ, ਕਿਉਂਕਿ ਉਸਲੇ ਤੇ ਝੂਠਾ ਝੂਠਾ ਡਰਾਮਾ ਕਰਕੇ ਜਿੱਤ ਗਿਆ ਸੀ ਮੇਰਾ ਭਰਾ। ਅੱਜ ਤੱਕ ਕੰਮਾਂ ਪਰ ਜਿੱਤਣਾ ਹੋਏਗਾ ਨਾ, ਕੰਮ ਦੱਸਣੇ ਹੋਣਗੇ ਨਾ, ਦੱਸਣਾ ਹੋਏਗਾ ਰਵਿੰਦਰ ਰਾਣਾ ਸਾਹਿਬ ਕਿ ਇਹਨਾਂ ਨੌਜਵਾਨ ਬੱਚਿਆਂ ਨੇ ਕਿਤਨੇ ਮਾਸਟਰ ਲੱਗੇ ਨੇ, ਕਿੰਨੇ ਫੌਜ ਵਿੱਚ ਭਰਤੀ ਹੋਏ, ਕਿੰਨੇ ਪੁਲਿਸ ਵਿੱਚ ਭਰਤੀ ਹੋਏ, ਕਿੰਨੇ ਰਹਿਬਰੇ ਤਾਲੀਮ, ਰਹਿਬਰੇ ਖੇਲ, ਰਹਿਬਰੇ ਜੰਗਲਾਤ ਜਾਂ NYC ਨੇ ਮੁਲਾਜ਼ਮ ਤੋਂ ਲਾਏ। ਇਹ 10 ਸਾਲਾਂ ਨੇ ਸਾਫ ਦੇਣਾ ਪਵੇਗਾ, ਗੱਲਾਂ ਤਾਂ ਡਰਾਮੇ ਨਾਲ ਤਾਂ ਨਹੀਂ ਚੱਲੇਗਾ। ਇਹਨਾਂ 10 ਸਾਲਾਂ ਨੇ ਤੁਸੀਂ ਸਾਫ ਦੇਣਾ ਹੋਏਗਾ ਕਿ ਘਰ ਘਰ ਜਲ ਪਹੁੰਚ ਗਿਆ। ਅੱਜ ਵੀ ਨਿਸ਼ਹਿਰਾ ਬਾਜ਼ਾਰ 'ਚ ਕਿੰਨੇ ਦਿਨਾਂ ਬਾਅਦ ਪਾਣੀ ਆਉਣਾ ਤੁਸਾਂ, ਪਿੱਛੇ ਜੇ ਤੁਸੀਂ ਨਿਸ਼ਹਿਰਾ ਬਾਜ਼ਾਰ 'ਚ ਬਿਜਲੀ ਨਾਲ ਕੱਟ ਕਿੰਨਾ ਸੀ, ਇਹ ਗਰਮੀਆਂ ਕਿੰਨੀਆਂ ਔਖੀਆਂ ਤੁਸਾਂ ਕੱਢੀਆਂ। ਇਹ ਜਵਾਬ ਰਵਿੰਦਰ ਰਾਣਾ ਸਾਹਿਬ ਤੁਸੀਂ ਦੇਣਾ ਪੈਣਾ ਹੋਏਗਾ ਇੱਥੇ। ਆ ਜਿਹਨਾਂ 10 ਸਾਲਾਂ ਬਾਅਦ ਤੁਸੀਂ ਦੱਸਣਾ ਹੋਏਗਾ, ਉਹ ਬੱਚੇ ਸੜੇ ਜਿਨ੍ਹਾਂ ਨੇ ਇਸ ਡਿਸਟ੍ਰਿਕਟ ਨੇ ਅੰਦੋਲਨ 'ਚ ਅੱਖਾਂ ਨਿਕਲ ਗਈਆਂ, ਸਾਡੇ ਲੋਕਾਂ ਦੀਆਂ ਲੱਤਾਂ ਟੁੱਟ ਗਈਆਂ, ਹੱਡੀਆਂ ਟੁੱਟ ਗਈਆਂ, ਉਹ ਡਿਸਟ੍ਰਿਕਟ ਕਿਉਂ ਨਹੀਂ ਬਣਿਆ? ਅਗਰ ਲੱਦਾਖ ਵਿੱਚ 5 ਡਿਸਟ੍ਰਿਕਟ 5 ਦਿਨ ਪਹਿਲੇ ਬਣ ਸਕਣੇ ਤਾਂ ਨਿਸ਼ਹਿਰਾ ਦਾ ਡਿਸਟ੍ਰਿਕਟ ਤੁਸੀਂ ਕਿਉਂ ਨਹੀਂ ਬਣਵਾਇਆ ਜਨਾਬ? ਇਹ ਜਵਾਬ ਦੇਣਾ ਪਊਗਾ। ਤਾਂ ਮੇਰਾ ਵੀਰ ਨੱਸ ਰਿਹਾ ਸੀ ਪਿੱਛਾ ਛੜਾ ਕੇ, ਅੱਜ ਰਵਿੰਦਰ ਰਾਣਾ ਸਾਹਿਬ ਇਹ ਜਵਾਬ ਦੇਣਾ ਪਏਗਾ ਕਿ ਨਿਸ਼ਹਿਰਾ ਨੇ ਲੋਕ ਤੁਸਾਂ ਪਰ ਭਰੋਸਾ ਕੀਤਾ ਸੀ, ਉਹ ਭਰੋਸਾ ਕਿਉਂ ਟੁੱਟਿਆ? ਅੱਜ ਦੱਸਣਾ ਪਏਗਾ ਕਿ ਕਾਫਲਾ ਲੁੱਟਿਆ ਤੇ ਲੁੱਟਿਆ ਕਿਉਂ ਗਿਆ, ਔਰ ਲੁੱਟਿਆ ਕੁਸ ਹੈ, ਇਹ ਜਵਾਬ ਦੇਣਾ ਪਏਗਾ। ਪਰ ਮੇਰਾ ਵੀਰ ਜਿਹੜਾ 10 ਸਾਲਾਂ ਬਾਅਦ, ਪਹਿਲਾਂ ਤਾਂ 10 ਸਾਲ ਆਇਆ ਨਹੀਂ ਕਦੇ ਕਲਾਠੇ ਆਇਆ, ਤੇ ਜੇ ਆਇਆ ਤੇ ਫਾਰਮ ਭੰਨ ਗਿਆ ਤੇ ਕਿਆ ਕੰਮ ਕੀਤਾ? ਉਹ ਜਵਾਬ ਮੈਂ ਸੋਚਿਆ ਸੀ ਕਿ ਫਾਰਮ ਭੰਨ ਜਾ ਰਿਹਾ ਕੋਈ ਜਵਾਬ ਦੇਗਾ ਲੋਕਾਂ ਕਿ ਮੈਂ ਕਿਆ ਕੀਤਾ, ਆਪਣੀਆਂ ਸਕੀਮਾਂ ਦੱਸੇਗਾ 10 ਸਾਲਾਂ ਦੀਆਂ। ਉਹ ਜਵਾਬ ਨਹੀਂ ਦਿੱਤਾ, ਉਸ ਜਵਾਬ ਕਿਆ ਦਿੱਤਾ, ਇੱਥੋਂ ਹੱਥ ਜਿਵੇਂ ਪਾਇਆ ਦੂਏ ਪਾਸੋਂ ਵਗ ਲੈਣਾ, ਮੈਂ ਦੇਖੋ ਮਾੜੀ ਜੇ ਫੱਟੀ ਹੈ, ਮੈਂ ਫਕੀਰ, ਮੈਂ ਚੌਕੀਦਾਰ। ਉਹ ਮੇਰੇ ਰੱਬਾ ਤੁਹਾਡਾ ਫਕੀਰ, ਤੁਹਾਡੀ ਚੌਕੀਦਾਰੀ, ਤੁਹੇ ਮੁਬਾਰਕ। ਮੇਰੇ ਬਜ਼ੁਰਗੋ, ਮੇਰੇ ਵੀਰੋ, 10 ਸਾਲ ਲੱਗ ਗਏ ਤੁਸੀਂ ਮੇਰੇ ਵੀਰਾ ਇੱਥੇ ਆਉਣਿਆ, ਔਰ 10 ਸਾਲਾਂ ਬਾਅਦ ਤੂੰ ਆਪਣੀ ਜੇਬ ਫੱਟੀ ਅਸੀਂ ਦੱਸ ਗਏ, ਲੇਕਿਨ ਇਹਨਾਂ 10 ਸਾਲਾਂ ਨਾ ਤੂੰ ਭੁੱਲ ਗਿਆ ਕਿ ਜਦੋਂ ਤੂੰ MLA ਬਣਿਆ ਸੀ ਤੂੰ ਇਹ ਗੱਲ ਕਹੀ ਸੀ ਕਿ ਮੈਂ ਆਪਣੀ ਤਨਖਾਹ ਨਹੀਂ ਲਾਂਗਾ, MLA ਨਹੀਂ ਮੈਂ ਗਰੀਬਾਂ 'ਚ ਬਣਾਂਗਾ। ਮੇਰੇ ਬਜ਼ੁਰਗੋ, ਮੇਰੇ ਵੀਰੋ, ਮੈਂ ਉਸ ਹਰ ਜਗ੍ਹਾ ਪੁੱਛ ਰਿਹਾ ਇਲਾਕਿਆਂ ਵਿੱਚ,
ਦੱਸੋ ਉਸਨੀ ਤਨਖਾਹ ਚੋਂ ਕੋਈ ਤੁਸੀਂ ਇੱਕ ਰੁਪਿਆ ਲੱਭਾ ਹੈ? ਹੁਣ ਅੱਜ ਤੁਸਾਂ ਹੀ ਪੁੱਛਦਾ, ਤੁਸਾਂ ਚੋਂ ਕੁਛ ਲੱਭਾ? ਫਿਰ ਉਹ ਤਨਖਾਹ ਕੁਦਰ ਗਈ ਜੀ? ਜਵਾਬ ਦੇ ਮੇਰੇ ਵੀਰਾ, ਤੇਰੀ 60,000 ਰੁਪਇਆ ਤਨਖਾਹ ਪੈਨਸ਼ਨ ਹੈ ਅੱਜ ਦੀ ਡੇਟ 'ਚ। ਮੇਰੀ ਵੀ 60,000 ਹੈ, ਉਸਨੀ ਵੀ 60,000 ਹੈ। ਮੈਂ ਤਾਂ ਸ਼ਰਿਆਮ ਦੱਸ ਰਿਹਾ, ਮੇਰੀ 60,000 ਰੁਪਏ ਪੈਨਸ਼ਨ ਹੈ। ਐਸੇ ਐਸੇ ਲੋਕ ਨੇ ਇਹਨਾਂ ਇਲਾਕਿਆਂ ਸਾਡੇ ਵਿੱਚ, ਗਰੀਬ ਲੋਕ ਨੇ ਮੇਰੇ ਵੀਰੋ, ਜਿਨ੍ਹਾਂ ਨੇ 3 ਵਕਤ ਦੀ ਰੋਟੀ ਅੱਜ ਵੀ ਨਸੀਬ ਨਹੀਂ ਹੈ, ਜਿਨ੍ਹਾਂ ਕੋਲ 5,000 ਰੁਪਇਆ ਮਹੀਨੇ ਦੀ ਇਨਕਮ ਨਹੀਂ ਹੈ, ਉਹ ਬੰਦਿਆਂ ਅੱਜ ਤੱਕ ਆਪਣੀ ਜੇਬ ਫਟੀ ਕੁਸਾ ਨਹੀਂ ਦੱਸੀ। ਔਰ ਤੂੰ ਤਾਂ 60,000 ਪੈਨਸ਼ਨ ਲੈ ਰਿਹਾ, ਦੱਸੋ ਕੁਦਰ ਜਾ ਰਹੀ ਹੈ ਅਗਰ ਤੇਰੀ ਜੇਬ ਫਟੀ ਹੈ? ਇੰਨਾ ਦੱਸਾਂ ਸਾਲੇ ਤੋਂ ਬਾਅਦ ਜਦੋਂ ਤੂੰ ਇਸ ਨਿਸ਼ਾਨੇ ਵਿੱਚ ਆਇਆ ਮੇਰੇ ਵੀਰਾਂ, ਪਰ ਤੂੰ ਕਹਿ ਰਿਹਾ ਮੇਰੀ ਜੇਬ ਫਟੀ ਹੈ। ਤੇਰਾ ਇੱਕ ਭਰਾ ਹੈ, ਉਹ ਬੈਂਕ ਵਿੱਚ ਕਲਰਕ ਸੀ, ਤੂੰ ਸਾਰੇ ਜਾਣਦੇ ਹੋ, ਉਸ ਕੋਲ ਇੱਕ ਸਕੂਟਰ ਹੋਣਾ ਸੀ। ਅੱਜ 10 ਸਾਲਾਂ ਬਾਅਦ ਤੇਰੇ ਉਸ ਭਰਾ ਕੋਲ 60 ਲੱਖ ਦੀ ਗੱਡੀ ਆ, ਫਾਰਚੂਨ ਦੀ ਕੀਮਤ ਗੂਗਲ ਮਾਰੋ, ਜਾਂ ਮਾਡਲ ਦੀ ਕੀਮਤ ਕਰੋ, ਕਿੰਨੀ ਕੀਮਤ ਹੈ। ਉਹ ਸਕੂਟਰ ਵਾਲਾ ਬੰਦਾ ਅੱਜ 60 ਲੱਖ ਗੱਡੀ 'ਚ ਘੁੰਮ ਰਿਹਾ। ਉਸਨੇ ਕ੍ਰੈਸ਼ਰ ਕਿਤਨੇ, ਉਸਨੇ ਪੌਪ ਲੈਣਾ ਕਿੰਨੀਆਂ, JCB ਮਸ਼ੀਨਾਂ ਕਿੰਨੀਆਂ ਉਸਨੀਆਂ, ਅੱਜ ਦੀ ਡੇਟ 'ਚ ਠੇਕੇ ਕਿੰਨੇ। ਔਰ ਨਿਸ਼ਹਿਰਾ TCP ਪੁਲ ਤੋਂ ਲਈ ਤਾਂ ਨਿਸ਼ਹਿਰਾ ਸੁੰਦਰਮਣੀ ਪੁਲ ਤੱਕ ਨੈਸ਼ਨਲ ਹਾਈਵੇ ਨੇ ਉੱਪਰ ਉਸਨੀਆਂ ਜ਼ਮੀਨਾਂ ਕਿਤਨੀਆਂ। 1 ਕਰੋੜਾਂ ਰੁਪਏ ਤੋਂ ਬਾਅਦ ਵੀ ਤੂੰ ਫਟੀ ਜੇਬ ਦੱਸ ਰਹੇ ਹਾਂ ਸਾਈ? ਲੋਕਾਂ ਦੀਆਂ ਅੱਖਾਂ ਬੰਦ ਨੇ ਕਿਆ? ਕਿਆ ਲੋਕਾਂ ਦੀਆਂ ਅੱਖਾਂ ਬੰਦ ਨੇ ਕਿਆ? ਖੁੱਲੀਆਂ ਨਹੀਂ ਹਨ ਕਿਆ? ਅੱਜ ਉਹਨਾਂ ਲੋਕਾਂ ਨੂੰ ਤੂੰ ਬੇਕੂਫ ਬਣਾਉਣ ਦੀ ਕੋਸ਼ਿਸ਼ ਕਰੇ। ਤੂੰ ਆ ਕੇ ਦੱਸ ਕਿ ਇਹਨਾਂ 10 ਸਾਲਾਂ ਵਿੱਚ ਸਾਡਾ ਬੱਚਾ ਬੇਰੁਜ਼ਗਾਰ ਨੌਕਰੀਆਂ ਵਾਸਤੇ ਤਰਸ ਰਿਹਾ, ਪਰ ਤੇਰਾ ਭਰਾ ਨੌਕਰੀ ਛੋੜ ਕੇ 1 ਕਰੋੜਾਂ ਰੁਪਏ ਕਮਾ ਰਿਹਾ। ਸਾਡੇ ਲੋਕ ਤੇਰੇ ਕੋਲੋਂ 1 ਕਰੋੜਾਂ ਰੁਪਏ ਨਹੀਂ ਮੰਗ ਰਹੇ, ਸਾਡੇ ਬੱਚੇ ਤੇਰੇ ਕੋਲੋਂ ਮੰਗ ਰਹੇ ਨੇ, ਤੇ ਸਿਰਫ ਮੰਗ ਰਹੇ ਕਿ ਅਸਾਂ ਹੀ ਰੋਜ਼ਗਾਰ ਦੇ, ਨੌਕਰੀ ਦੇ। ਚੱਲ ਕਾਸ਼ ਜਿਸ ਭਰਾਊ ਨੇ ਤੇਰੇ ਨੌਕਰੀ ਨੇ ਛੋੜੀ ਸੀ, ਉਸੇ ਪੋਸਟ ਆ ਸਾਡਾ ਕੋਈ ਮੁੰਡਾ ਹੀ ਲਵਾਈ ਛੋੜੇ ਆ, ਕੋਈ ਕੁੜੀ ਵੀ ਸਾਡੀ ਲਵਾਈ ਛੋੜਿਆ ਹੈ ਕੋਈ ਅਸੀਂ ਨੌਕਰ? ਇੰਨਾ 10 ਸਾਲਾਂ ਬਾਅਦ ਮਜ਼ਾ ਤਾਂ ਸੀ ਕਿ ਜੋ ਹਸਪੀਟਲ 2014 ਤੋਂ ਪਹਿਲੇ ਨਿਸ਼ਹਿਰਾ ਕੰਮ ਸ਼ੁਰੂ ਹੋਇਆ, ਉਹ ਹਸਪੀਟਲ ਅੱਜ ਵੀ ਕੰਪਲੀਟ ਨਹੀਂ ਹੋਇਆ। ਸਾਡੀਆਂ ਕੁੜੀਆਂ, ਸਾਡੀਆਂ ਧੀਆਂ ਡਿਲੀਵਰੀ ਕੇਸ ਹੋਏ ਤੇ ਬੇਹੋਸ਼ੀ ਦਾ ਡਾਕਟਰ ਅੱਜ ਵੀ ਨਹੀਂ ਹਫ਼ਤੇ 1 ਵਾਰੀ ਆਉਣਾ। ਸਾਡੀਆਂ ਬੱਚੀਆਂ ਮੌਤ ਔਰ ਜ਼ਿੰਦਗੀ ਦੇ ਵਿੱਚ ਜੂਝਦੀਆਂ ਹੋਣੀਆਂ ਨੇ ਡਾਕਟਰਾਂ ਨੇ ਬਿਗਾੜ ਡਿਲੀਵਰੀ ਨੇ ਟਾਈਮ ਪਰ, ਉਹਨਾਂ ਨੇ ਇਲਾਜ ਵਾਸਤੇ ਇਸ ਹਸਪੀਟਲ ਵਿੱਚ ਕੋਈ ਬੰਦੋਬਸਤ ਨਹੀਂ, ਕੋਈ ਗਾਇਨੀ ਨਾ ਡਾਕਟਰ ਨਹੀਂ, ਬੱਚਿਆਂ ਵਾਸਤੇ ਕੋਈ ਡਾਕਟਰ ਨਹੀਂ। ਇਸ ਨਾਲ ਜਵਾਬ ਦੇ ਕੇ 10 ਸਾਲ ਨਹੀਂ, ਕਿਆ 10 ਸਾਲ ਤੁਸੀਂ ਘੱਟ ਪਏ ਇਹ ਚੀਜ਼ਾਂ ਕਰਨੇ ਵਾਸਤੇ? ਇਹ ਕੱਲ੍ਹ ਲੰਬੇੜੀ ਇੱਥੇ ਸਾਡੀ ਤੋਥਣੀ ਬਰੇਰੀ ਦੀ ਕੁੜੀ, ਉਸਨਾਂ ਡਿਲੀਵਰੀ ਕੇਸ ਸੀ, ਉਹ ਇੱਥੋਂ ਇਹਨਾਂ ਰੈਫਰ ਰਜੌਰੀ ਕੀਤੀ। ਯਾਰ ਰੈਫਰ ਕਰਨਾ ਜੰਮੂ ਕਰੋ, ਰਜੌਰੀ ਕੁਦਰ ਪੁੱਠੇ ਪਾਸੇ? ਜੇ ਤੁਸਾਂ ਨੇ ਪੱਲੇ ਕੌਣ ਤਾਂ ਰਜੌਰੀ ਵਾਲੇ ਕਿਹੜੇ ਡਾਕਟਰ? ਉਸ ਕੁੜੀ ਨਾ ਡਿਲੀਵਰੀ ਕਿਆ ਹੋਣੀ, ਉਹ ਬੱਚੀ ਛੋਟੀ ਜਿਹੀ ਪੇਟ 'ਚ ਮਰ ਗਈ। ਉਹ ਅੱਜ ਸਵੇਰੇ ਉਹਨਾਂ ਦਫਨਾਈ ਹੈ, ਕੱਲ੍ਹ ਉਹਨਾਂ ਦਫਨਾਈ ਹੈ, ਔਰ ਉਹ ਬੱਚੀ ਮਾਂ ਅਜੇ ਵੀ ਹੋਸਪਿਟਲ ਵਿੱਚ ਹੈ। ਕਿਆ ਇਲਾਜ ਵੋਟ ਕਿਉਂ ਪਾਉਣੇ ਹੋ? ਇਹਨਾਂ ਚੀਜ਼ਾਂ ਵਾਸਤੇ ਪਾਉਣੇ ਹੋ ਕਿ ਅਸੀਂ ਬੰਦੋਬਸਤ ਦਿਓ, ਡਾਕਟਰਾਂ ਵਿੱਚ ਡਾਕਟਰ ਪਹੁੰਚਾਓ? ਇਹ ਨਿਸ਼ਹਿਰਾ ਹੋਸਪਿਟਲ ਜਿੱਥੇ MRI ਨਹੀਂ ਹੈ, ਅਲਟਰਾਸਾਊਂਡ ਨਹੀਂ ਹੈ, ਐਕਸਰੇ ਰਿਪੋਰਟ ਨਹੀਂ ਹੈ, ਕੋਈ ਅੰਦਰ ਲੈਬਾਰਟਰੀ ਨਹੀਂ ਹੈ। ਇਸ ਨਾਲ ਜਵਾਬ ਦੇ ਮੇਰੇ ਵੀਰਾ, ਤੇਰੀ ਫੱਟੀ ਜੇਬ ਦੇਣ ਵਾਸਤੇ ਮੰਗ ਦੇਖਣ ਵਾਸਤੇ ਲੋਕਾਂ ਛੱਡੀ ਨੇ ਹੱਥ ਲਾਇਆ? ਗੱਲਾਂ ਕਰੇ, ਮੁੱਦੇ ਨਹੀਂ ਕਰੇ। ਮੁੱਦਾ ਕੋਈ ਨਹੀਂ ਹੈ, ਕੋਈ ਚਾਰਾ ਨਹੀਂ ਹੈ। ਅੱਜ ਕੀ ਕੀਤਾ, ਹੁਣ ਕੀ ਕੀਤਾ, ਤੁਸਾਂ ਕੋਲ ਪਤਾ ਨਹੀਂ ਸ਼ਹਿਰ 'ਚ
ਕੋਈ ਬਾਹਰਲੀਆਂ ਸਟੇਟਾਂ ਦੀਆਂ ਕੋਈ ਕੁੜੀਆਂ ਤੇ ਮੁੰਡੇ ਬੁਲਾਏ ਨੇ, ਉਹ ਕੋਈ 200-250 ਬੰਦਾ ਬੁਲਾਇਆ ਨੇ, ਉਹ ਘਰ ਘਰ ਜਾਈ ਆਉਣਾ ਆਉਣਾ ਯੇ ਝੰਡਾ, ਯੇ ਲਾਲ ਝੰਡਾ, ਇਸਕੋ ਆਪ ਵੋਟ ਡਾਲੋ, ਯੇ ਤੋ ਮੁਸਲਮਾਨੋ ਕੀ ਪਾਰਟੀ ਹੈ, ਯੇ ਪਾਕਿਸਤਾਨੋ ਕੀ ਪਾਰਟੀ ਹੈ, ਇਸਕੋ ਕਿਉਂ ਵੋਟ ਡਾਲੋ। 2014 ਵਿੱਚ ਵੀ ਇਹ ਗੱਲਾਂ ਕਰਨੇ ਸਨ ਲੋਕ ਜਿਹੜੇ ਬਾਹਰੋਂ ਆਏ ਸਨ, ਤਾਂ ਮੁੜੀ 2014 ਤੋਂ ਬਾਅਦ ਹੁਣ 2024 ਦਸਾਂ ਸਾਲਾਂ, ਉਹ ਵੀ ਦਸਾਂ ਸਾਲਾਂ ਬਾਅਦ ਹੀ ਲੱਭਣ ਸੇ। ਉਹਨਾਂ ਹੀ ਪੁੱਛੋ ਕਿ 2014 ਵਿੱਚ ਵੀ ਤੁਸੀਂ ਇਹ ਗੱਲ ਕਹੀ ਸੀ ਕਿ PDP ਦਾ ਝੰਡਾ ਉਗਰਵਾਦੀਆਂ ਦਾ ਝੰਡਾ ਹੈ, PDP ਦਾ ਝੰਡਾ ਅਗਰ ਸੁਰਿੰਦਰ ਚੌਧਰੀ ਤੋਂ ਜਿੱਤ ਗਿਆ ਤਾਂ ਉਗਰਵਾਦ ਹੋ ਜਾਏਗਾ, ਇਹੋ ਗੱਲ ਕਹੀ ਸੀ ਨਾ। ਅਤੇ ਅਜੇ 3 ਮਹੀਨੇ ਨਹੀਂ ਸੁਣਾਏ, ਤਾਂ ਮਹਿਬਾ ਨਾਲ ਆਪਣਾ ਭੈਣ ਭਰਾ ਨਾਲ ਰਿਸ਼ਤਾ ਜੋੜੀ ਲਿਆ ਸੀ, ਆਪਣੇ ਨਹੀਂ ਸਾਨੂੰ ਮਾੜੀ ਭੈਣ ਹੈ। ਜਦੋਂ ਸਰਕਾਰ BJP ਨਹੀਂ ਔਰ PDP ਨਹੀਂ ਬਣੀ ਸੀ, ਕਿੰਨੀ ਵਾਰ ਨਿਸ਼ਾ ਡਿਗਰੀ ਕਾਲਜ ਕਿਹਾ ਕਿ ਮੇਰੀ ਭੈਣ ਹੈ, ਕਿੰਨੇ ਭਾਸ਼ਣਾਂ ਹੀ ਕਿਹਾ ਕਿ ਮਹਿਬਾ ਮੇਰੀ ਭੈਣ ਹੈ, ਅੱਜ ਮੁੜ ਕੇ ਫਿਰ ਝੰਡਾ ਮੇਰਾ ਲਾਲ ਆਇਆ ਅਤੇ ਕਹਿੰਦਾ ਝੰਡਾ ਲਾਲ। ਮੇਰੇ 1-2 ਬੰਦਿਆਂ ਜਵਾਬ ਦਿੱਤਾ, ਉਹਨਾਂ ਕਿਹਾ ਕਿ ਅਸਾਂ ਇਹਨਾਂ ਝੰਡਿਆਂ ਡੰਡਿਆਂ ਨਾਲ ਕੱਖ ਨਹੀਂ ਲੈਣਾ, ਅਸਾਂ ਵੋਟ ਪਾਉਣਾ ਤੇ ਝੰਡੇ ਨਹੀਂ ਪਾਉਣਾ, ਅਸਾਂ ਵੋਟ ਪਾਉਣਾ ਤੇ ਸੁਰਿੰਦਰ ਚੌਧਰੀ ਪਾਉਣਾ। ਫਿਰ ਉਹਨਾਂ ਕੋਲ ਕੋਈ ਜਵਾਬ ਨਹੀਂ ਬਚਿਆ, ਕੋਈ ਬੰਦਾ ਮੈਂ ਆਉਂਦਾ ਜਨਾਬ ਜਦੋਂ 2-3 ਜਗ੍ਹਾ ਨਹੀਂ ਹੋਇਆ ਤਾਂ ਬੰਦਾ ਨਹੀਂ, ਫਿਰ ਚਾਹ ਵੀ ਨਹੀਂ ਪੀਣੇ, ਅਗਰ ਮੈਂ ਹਾਂ ਕਰੀ ਹੋਣਾ ਤਾਂ ਫਿਰ ਤਾਂ ਰੋਟੀ ਵੀ ਖਾਈ ਜਾਣਾ। ਇਹ ਹਾਲਾਤ ਹਨ ਬਾਹਰਲੇ ਲੋਕ, ਮੈਂ ਕੋਈ ਬਾਹਰੋਂ ਨਹੀਂ ਬੁਲਾ ਰਿਹਾ, ਤੁਸੀਂ ਜਾ ਰਿਹਾ ਕੋਈ ਬਾਹਰੋਂ ਬੰਦਾ, ਇਲੈਕਸ਼ਨ ਤੁਸਾਂ ਨਾਲ ਮੇਰਾ, ਮੇਰਾ ਭਰਾ ਜਿਹੜਾ MLA 2014 ਹੀ BJP ਨੇ ਬਣਿਆ ਸੀ, ਤੂੰ ਮੁੱਦਿਆਂ ਪਰ ਆਉਣਾ ਯਾਰ, ਸੁਰਿੰਦਰ ਚੌਧਰੀ ਕਹਿ ਰਿਹਾ ਤੂੰ ਆਉਣਾ, ਮੇਰੀ ਪਾਰਟੀ ਚੰਗੀ ਨਹੀਂ, ਮੈਂ ਵੀ ਤਾਂ BJP ਗਿਆ ਸਾਂ, ਤੂੰ ਸਾਰਿਆਂ ਨੂੰ ਸੋਚਿਆ ਪਾਰਟੀ BJP ਜਾ, ਮੈਂ ਵੀ BJP ਗਿਆ, ਤਾਂ ਮਾੜਾ ਹਾਲ ਸਾਲ 'ਚ ਬੜਾ ਮੁਸ਼ਕਿਲ ਨਾਲ ਸਾਲ ਹੀ ਕੱਢਿਆ। ਉਹ ਗ੍ਰਾਂ 'ਚ ਡੰਗਰ ਹੋਣੇ ਨਾ ਕਈ, ਤਾਂ ਕੋਈ ਓਪਰਾ ਡੰਗਰ ਦੂਏ ਡੰਗਰਾਂ ਹੀ ਬੜੀ ਜਾਣਾ, ਅਤੇ ਸਹੁਰੇ ਪੁਰਾਣੇ ਉਸਨੇ ਬੱਚੀਆਂ ਹੀ ਫੁੱਕ ਮਾਰ ਕੇ ਉਸਨੇ ਸਿੰਘ ਮਾਰੀ ਮਾਰੀ ਫੋਨ ਕੱਢੀ ਹੋਣੀ, ਮਾੜਾ ਵੀ ਹਿਸਾਬ ਹੋਈ ਬਣਿਆ। ਮੈਂ ਇਹਨਾਂ 'ਚ ਗਿਆ, ਇਹਨਾਂ ਸਹੁਰਿਆਂ ਮਾੜੀ ਬੱਖੀਆਂ ਹੀ ਜਹੀ ਉੱਚਾ ਕਰਿਆ, ਮੈਂ ਇਹ ਤਾਂ ਮਾੜੀਆਂ ਕਿਡੜੀਆਂ ਮਾਰ ਕਰ ਸਕਦੀ, ਨਸਿਆਂ ਆਪਣੀਆਂ ਕਿਡੜੀਆਂ ਬਣਾਈਆਂ, ਜਾਨ ਬਚਾਈ, ਮੁੜੀ ਫਿਰ ਆ ਗਿਆ, ਤਾਂ ਵੀ ਮੁੰਡੀ ਫਿਰ ਨਾ ਬਚਾਈ ਸਕਿਆ, ਇੱਥੋਂ ਆਪਰੇਸ਼ਨ ਕਰਾਉਣਾ ਪੈ ਗਿਆ, ਪਾਰ ਬੜਾ ਪਾਈ ਹੈ ਸੰਨਾ। ਇਸ ਵਾਰ ਮੇਰੇ ਬਜ਼ੁਰਗੋ, ਮੇਰੇ ਵੀਰੋ, ਇਹਨਾਂ ਕੋਲ ਮੁੱਦੇ ਨਹੀਂ ਗੱਲ ਕੋਈ ਨੇ, ਇਹਨਾਂ ਰੋਜ਼ਗਾਰ ਨਹੀਂ ਗੱਲ ਪੁੱਛੋ, ਤਾਂ ਪਾਕਿਸਤਾਨ ਦੇ ਉੱਪਰ ਅਟੈਕ ਕਰਨਾ ਹੈ, ਇਹਨੇ ਆਖੋ ਕਿ ਅਸੀਂ ਬਿਜਲੀ ਪਾਣੀ ਨਹੀਂ ਮਿਲ ਰਿਹਾ, ਤਾਂ ਕਿਆ ਕਹਿਣਗੇ ਹਿੰਦੂ ਔਰ ਮੁਸਲਮਾਨ, ਇਹ ਸਿਰਫ ਅਸੀਂ ਲੜਾ ਸਕਣੇ। ਸਾਡਾ ਕਿਸਾਨ ਜਿਹੜਾ ਸਿੰਧੂ ਬਾਰਡਰ ਪਰ ਗਿਆ, ਸਾਡਾ ਕਿਸਾਨ ਜਿਹੜਾ ਦਿੱਲੀ ਦੇ ਬਾਰਡਰਾਂ ਪਰ ਗਿਆ, ਉਹ ਕਿਸਾਨ ਕੁਛ ਨਹੀਂ ਸੀ ਮੰਗ ਰਿਹਾ, ਉਹ ਕਿਸਾਨ ਸਿਰਫ ਆਪਣੇ ਦੁੱਧ ਨਹੀਂ, ਆਪਣੇ ਜੋ ਚੀਜ਼ ਪ੍ਰੋਡਿਊਸ ਕਰਨਾ ਉਸਦੀ ਕੀਮਤ ਮੰਗ ਰਿਹਾ ਸੀ। ਤਾਂ ਉਹਨਾਂ ਨੇ ਬੱਚਿਆਂ ਪਰ ਗੋਲੀਆਂ ਚਲਾਈਆਂ ਔਰ ਕਿਹਾ ਇਹ ਕਿਸਾਨ ਨਹੀਂ, ਇਹ ਆਤੰਕਵਾਦੀ ਹੈ, ਇਹ ਉਗਰਵਾਦੀ ਹੈ। ਉਹ ਕਿਸਾਨ ਜਿਸ ਨਾਲ ਬੱਚਾ ਇਹਨਾਂ ਬਾਰਡਰਾਂ ਪਰ ਹਿਫਾਜ਼ਤ ਕਰ ਰਿਹਾ ਸਾਡੀ, ਉਹ ਕਿਸਾਨ ਜਿਸ ਨਾਲ ਬੱਚਾ ਫੌਜੀ ਹੈ, ਪੁਲਿਸ ਵਿੱਚ ਹੈ, ਉਸੀ ਆ ਸਕਦਾ ਉਗਰਵਾਦੀ, ਉਸ ਪਿਓ ਹੀ ਉਗਰਵਾਦੀ ਕਹਾਂਗਾ ਤੇ ਪੁੱਤਰ ਕਿਆ ਹੋਇਆ ਫਿਰ। ਮੇਰੇ ਬਜ਼ੁਰਗੋ, ਮੇਰੇ ਵੀਰੋ, ਅੱਜ ਇਸ ਨਾਲ ਇਲਾਕਿਆਂ 'ਚ ਬਾਜ਼ਾਰ ਅਗਰ ਚੱਲ ਰਿਹਾ, ਤੁਸੀਂ ਸਭ ਤੋਂ ਬੜੀ ਕਾਰਨ ਹੈ ਇਸ ਇਲਾਕੇ 'ਚ ਫੌਜ ਨੇ, ਲੋਕ ਸਭ ਤੋਂ ਜ਼ਿਆਦਾ ਮੰਨਦੇ ਹੋ ਸੀ ਜੀ। ਅੱਜ ਸੁਰਿੰਦਰ ਚੌਧਰੀ ਥਾਂ ਬੈਠੇ ਆ, ਖੜਾ ਭਾਸ਼ਣ ਦੇ ਰਿਹਾ ਕਿ ਮੇਰੇ ਫਾਦਰ ਫੌਜ ਵਿੱਚ ਨਾ ਜਾਣਾ, ਤੇ ਸ਼ਾਇਦ ਮੈਂ ਵੀ ਇਸ ਮੁਕਾਮ ਪਰ ਨਾ ਹੋਵਾਂ। ਸਾਡੀਆਂ ਇਲਾਕਿਆਂ 'ਚ ਅੱਜ ਪੱਕੇ ਮਕਾਨ ਬਣੇ, ਸਾਡੀ ਡਿਵੈਲਪਮੈਂਟ ਇਤਨੀ ਜ਼ਿਆਦਾ ਹੋਈ ਹੈ, ਇਸ ਨਾਲ ਕਾਰਨ ਇੱਕੋ ਹੀ ਹੈ ਕਿ ਸਾਡੇ ਲੋਕ ਅੱਜ ਤੀਸਰੀ ਚੌਥੀ ਪੀੜ੍ਹੀ ਸਾਡੀ ਫੌਜ ਵਿੱਚ ਸੀ, ਪਰ ਫੌਜੀ ਜਿਲ੍ਹਾ ਰਿਟਾਇਰ ਹੋਣਾ ਸੀ, ਆਪਣੇ ਬੱਚੇ ਹੀ ਰਿਲੇਸ਼ਨ ਹੀ ਭਰਤੀ, ਬੱਚਾ ਭਰਤੀ ਕਰਾ ਕੇ ਆਉਣਾ ਸੀ, ਇੱਕ ਲੜੀ ਲੱਗੀ ਜਾਣੀ ਸੀ। ਅੱਜ ਫੌਜ ਦੀ ਭਰਤੀ ਬੰਦ ਹੋ ਗਈ ਹੈ, ਸਾਡੇ ਮੁੰਡੇ
ਖਿੱਚ ਕੇ ਕਿਤੇ 10ਵੀਂ 12ਵੀਂ ਕਰਨੇ ਸਨ। ਕੁੜੀਆਂ ਸਾੜੀਆਂ ਲਾਇਕ ਸਨ ਪੜ੍ਹਾਈ 'ਚ, ਅੱਜ ਵੀ ਲਾਇਕ ਨੇ, ਉਦੋਂ ਵੀ ਲਾਇਕ ਸਨ। ਕੁੜੀਆਂ ਸਾੜੀਆਂ MSc PhD ਡਿਗਰੀਆਂ ਕਰ ਲੈਣ ਤਾਂ ਮੁੰਡਿਆਂ ਨੇ ਕਿਹਾ ਗਿਣਤੀ ਫਿਰ 10ਵੀਂ ਅਤੇ 12ਵੀਂ ਹੋਰ ਡਿਗਰੀ ਹੈ। ਇਹਨੇ ਪੁੱਛੋ ਕਿੰਨੇ ਪੜ੍ਹਨੇ ਹੋ? ਇਹ ਅੰਕਲ 12ਵੀਂ ਦਾ ਇੱਕ ਪੇਪਰ ਫੇਲ ਹੈ। ਉਹ ਜ਼ੋਰ ਫੇਲ ਫੇਲ ਹੈ, ਲੇਕਿਨ ਚਲੋ ਸ਼ੁਕਰ ਹੈ 10ਵੀਂ 12ਵੀਂ ਖਿੱਚੀ ਖੁੱਚੀ ਕਰਨੇ ਸਨ, ਲੇਕਿਨ ਫੌਜ 'ਚ ਭਰਤੀ ਹੋ ਜਾਣੇ ਸਨ। ਔਰ ਜਿਹੜਾ ਫੌਜ 'ਚ ਭਰਤੀ ਹੋ ਜਾਣੇ ਸਨ 10ਵੀਂ 12ਵੀਂ ਨਾਲ ਬੱਚਾ, ਉਸ ਲਈ ਕੁੜੀ ਚਾਹੇ ਉਹ PhD ਕੀਤੀ ਹੋਣੀ ਸੀ ਸਾਡੀ, ਚਾਹੇ ਉਹ MSc ਕੀਤੀ ਹੋਣੀ ਸੀ, ਉਹ ਖੁਸ਼ੀ ਖੁਸ਼ੀ ਨੇ ਆਪਣੇ ਮੌਕੇ ਨੇ ਕਹਿਣੇ ਪਰ ਉਸ ਮੁੰਡੇ ਨਾਲ ਵਿਆਹ ਕਰ ਲੈਣੀ ਸੀ, ਕਿਉਂਕਿ ਉਸਨੇ 70-80 ਹਜ਼ਾਰ ਰੁਪਇਆ ਤਨਖਾਹ ਹੋਣੀ ਸੀ। ਮੇਰੇ ਬਜ਼ੁਰਗੋ, ਮੇਰੇ ਵੀਰੋ, ਅੱਜ ਉਹ 10ਵੀਂ ਔਰ 12ਵੀਂ ਦਾ ਬੱਚਾ, ਫੌਜ ਦੀ ਭਰਤੀ ਬੰਦ ਹੋ ਗਈ, ਅੱਜ ਕੁੜੀ ਉੱਥੇ ਹੀ ਪੜ੍ਹ ਰਹੀ ਹੈ। ਕਿਆ ਉਹ MSc ਕੁੜੀ, ਇੱਕ 10ਵੀਂ 12ਵੀਂ ਬੱਚਾ ਜਿਸ ਕੋਈ ਰੁਜ਼ਗਾਰ ਹੀ ਨਹੀਂ ਹੈ, ਵਿਆਹ ਕਰੇਗਾ? ਕਰੇਗਾ ਵਿਆਹ? ਅੱਜ ਤੁਸੀਂ ਰਿਸ਼ਤੇ ਕਰਨੇ ਔਖੇ ਹੋ ਗਏ, ਅੱਜ ਬੱਚੇ ਵਿਆਹਣੇ ਔਖੇ ਹੋ ਗਏ। ਇਹ ਸੋਚਿਆ ਕਦੇ ਤੁਸੀਂ? ਇਹਨਾਂ 10 ਸਾਲਾਂ ਵਿੱਚ ਮੇਰਾ ਭਰਾ ਜੋ ਇੱਥੋਂ MLA ਬਣ ਕੇ ਗਿਆ BJP ਨਾਲ, ਆਰਾਮ ਸੀ ਜੰਮੂ ਕਸ਼ਮੀਰ ਮੈਂ ਸ਼ਰਾਬ ਬੰਦ ਕਰ ਦਿਓ, ਜੰਮੂ ਕਸ਼ਮੀਰ ਮੈਂ ਕੋਈ ਸ਼ਰਾਬ ਨਹੀਂ ਚਲੇਗੀ। ਤੁਸੀਂ ਪੁੱਛੋ ਇਹ ਬੈਰੀ ਪਤਨ ਕੁਛ ਖੋਲੀ, ਤੁਹਾਡੇ ਦੌਰ ਵਿੱਚ ਖੁੱਲੀ ਨਾ? ਇਹ ਅੰਡਰ ਚੌਕੀ ਪੰਜਾਬ ਨਿਕਲੀ ਕੇ ਹੁਣ ਸਰ ਸਭ ਤੋਂ ਜ਼ਿਆਦਾ ਰਾਧਾ ਸਵਾਮੀ ਉੱਥੇ ਸਨ। ਅੱਜ ਹੰਡਨ ਚੌਕੀ ਦੇ ਅੰਦਰ ਵੀ ਸ਼ਰਾਬ ਦੀ ਦੁਕਾਨ ਖੁੱਲੀ ਹੈ, ਬੰਗਨੋਟੀ ਅੰਦਰ ਜਾਓ ਖੁੱਲਦਾ ਹੀ ਜਾਂਦਾ ਖੋਲੀ ਹੈ। ਇਹ ਨਵੀਆਂ ਦੁਕਾਨਾਂ ਤੇਰੇ ਦੌਰ ਵਿੱਚ ਖੁੱਲੀਆਂ ਨਾ। ਮੇਰੇ ਇਸ ਭਰਾ ਨੇ ਮੇਰੇ ਬੱਚਿਆਂ ਨੂੰ ਰੁਜ਼ਗਾਰ ਨਹੀਂ ਦਿੱਤਾ, ਮੇਰੇ ਵੀਰੋ ਤੁਸੀਂ ਨੌਕਰੀਆਂ ਨਹੀਂ ਦਿੱਤੀਆਂ, ਸਾਡੇ ਬੱਚਿਆਂ ਹੀ ਦਿੱਤੀਆਂ ਅਤੇ ਦੋ ਚੀਜ਼ਾਂ ਦਿੱਤੀਆਂ ਇਹਨਾਂ 10 ਸਾਲਾਂ ਹੀ, ਇੱਕ ਸ਼ਰਾਬ ਨੀਆਂ ਬਾਈਨ ਛਾਪਾਂ ਔਰ ਨਾਲੋ ਨਾਲ ਚਿੱਟੇ ਨੀ ਨਸ਼ੇ ਨੀ ਇੱਕ ਪੂੜੀ ਦੇ ਬੈਠਾ ਹੈ ਕਿ ਪੁੱਤਰੋ ਜਾਓ ਨੌਕਰੀ ਦਾ ਕੋਈ ਨਹੀਂ, ਜਾਓ ਸ਼ਰਾਬ ਪੀਓ ਅਤੇ ਚਿੱਟੇ ਨੀ ਪੂੜੀਆਂ ਖਾਓ। ਹੈ ਜਾਂ ਨਹੀਂ ਸੱਚਾਈ? ਅੱਜ ਅਸੀਂ ਸਾਡੇ ਬੱਚੇ ਨਸ਼ੇ ਨੀ ਪੂੜੀਆਂ ਨਾਲ ਜੁੜ ਰਹੇ ਨੇ, ਅਸੀਂ ਸਾਡੇ ਬੱਚੇ ਸ਼ਰਾਬ ਨੀ ਦੁਕਾਨਾਂ ਨਾਲ ਚੜ੍ਹ ਰਹੇ ਨੇ। ਇਹ ਬੱਚੇ ਸਾਡਾ ਖੂਨ, ਇਹ ਬੱਚੇ ਇਤਨੇ ਸ਼ਰਾਬੀ ਜਾਂ ਸ਼ਰਾਬ ਦੀ ਤਰਫ ਜਾਂ ਪੂੜੀਆਂ ਤਰਫ ਨਹੀਂ ਜਾ ਸਕਣੇ। ਇਹਨਾਂ ਬੱਚੇ ਅਗਰ ਉਸ ਪਾਸੇ ਮੋੜਿਆ ਜਾ ਰਿਹਾ, ਇੱਕੋ ਕਾਰਨ ਸਾਡੇ ਬਜ਼ੁਰਗਾਂ ਨੇ ਸਾਨੂੰ ਮੁੜੇ ਹੀ ਵਿਹਲਾ ਮਤ ਰੱਖੋ, ਮੁੜਾ ਵਿਹਲਾ ਰਹੇਗਾ ਤਾਂ ਗੰਦਿਆਂ ਕੰਮਾਂ ਹੀ ਪੈ ਜਾਏਗਾ, ਗੰਦੀ ਸੰਗਤ ਹੀ ਪੈ ਜਾਏਗਾ। ਬੋਲਣੇ ਹੋਣੇ ਸਨ, ਨਹੀਂ ਬੋਲਣੇ ਹੋਣੇ ਸਨ? ਅੱਜ ਇਹ ਮੁੜੇ ਵਿਹਲੇ, ਇਹਨਾਂ ਦੇ ਖਰਚੇ ਨਹੀਂ ਚੱਲ ਰਹੇ। ਇਹ ਬੱਚੇ ਜਿਹੜੇ ਖਰਚੇ ਨਹੀਂ ਚੱਲ ਰਹੇ ਤਾਂ ਮਾਂ ਪਿਓ ਕੋਲ ਆ ਕੇ ਪੈਸੇ ਮੰਗਣੇ, ਮਾਂ ਪਿਓ ਨੇ ਪਹਿਲਾਂ ਹੀ ਜੇਬ ਖਾਲੀ ਹੋਈ ਹੈ, ਉਹਨਾਂ ਕੋਲ ਤਾਂ ਪੈਸਾ ਹੀ ਕੋਈ ਨਹੀਂ। ਜਿਹੜੇ ਮਾਂ ਪਿਓ ਪੈਸੇ ਨਹੀਂ ਦੇਣੇ, ਇਹ ਬੱਚੇ ਗੁੱਸੇ ਵਿੱਚ ਆ ਕੇ ਮਾਂ ਪਿਓ ਤੰਗ ਕਰਨ ਵਾਸਤੇ ਜਾਂ ਸ਼ਰਾਬ ਨਾਲ ਜੁੜ ਰਹੇ ਜਾਂ ਨਸ਼ੇ ਨੀ ਪੂਰੀ ਨਾਲ ਜੁੜ ਰਹੇ, ਜਿਹਦੇ ਨਾਲ ਸਾਡੀ ਇੱਕ ਪੂਰੀ ਨਸਲ ਖਤਮ ਹੋ ਰਹੀ ਹੈ, ਸਾਡੇ ਬੱਚਿਆਂ ਦੀ ਇੱਕ ਪੀੜ੍ਹੀ ਖਤਮ ਹੋ ਰਹੀ ਹੈ। ਔਰ ਇਹ ਬੱਚਿਆਂ ਹੀ ਅਗਰ ਰੁਜ਼ਗਾਰ ਨਾ ਮਿਲਿਆ, ਇਹਨਾਂ ਬੱਚਿਆਂ ਹੀ ਅਗਰ ਰੁਜ਼ਗਾਰ ਨਾ ਦਿੱਤਾ ਗਿਆ, ਮੇਰੇ ਮਾਤਾ ਮੇਰੇ ਭਰਾ ਵੀਰੋ ਕਈ ਯਾਦ ਰੱਖਿਓ, ਇੱਕ ਵਕਤ ਐਸਾ ਆਏਗਾ ਕਿ ਮੁੜ ਕੇ ਜੋ 47 ਸਾਡੇ ਬਜ਼ੁਰਗਾਂ ਨੇ ਹਾਰੇ ਸੀ ਕੱਚੇ ਮਕਾਨ, ਇਹ ਬਾਜ਼ਾਰ 'ਚ ਮੈਂ ਨਿਕਲ 10ਵੀਂ ਪੜ੍ਹਨ ਵਾਲੇ ਕਿੰਨੇ ਮਕਾਨ ਕੱਚੇ ਸਨ, 83 ਕਿੰਨੇ ਮਕਾਨ ਕੱਚੇ ਸਨ, ਹੁਣ ਤਾਂ ਪੱਕੇ ਹੋਏ, ਕਿਉਂਕਿ ਫੌਜ ਵਿੱਚ ਗਏ ਸਾਡੇ ਵੀ ਪੱਕੇ ਹੋਏ ਤਾਂ ਅਸੀਂ ਇਹਨਾਂ ਨੇ ਵੀ ਪੱਕੇ ਕੀਤੇ। ਜੋ ਸੱਚਾਈ ਹੈ, ਸੱਚਾਈ ਹੈ ਕਿ ਨਹੀਂ ਹੈ? ਇਸ ਵਾਸਤੇ ਮੈਂ ਤੁਸੀਂ ਇੱਕੋ ਚੀਜ਼ ਕਹਾਂਗਾ ਕਿ ਅੱਜ ਮੁੜ ਕੇ ਇਲੈਕਸ਼ਨ ਆ ਗਿਆ। ਇਹ ਇਲੈਕਸ਼ਨ ਕੋਈ ਮੇਲਾ ਨਹੀਂ ਹੈ, ਇਹ ਕੋਈ ਮੌਜ ਨਹੀਂ ਹੈ, ਇਹ ਫੋਟੋਆਂ ਪਰ ਵੋਟ ਪਾਉਣ ਵਾਲੀ ਗੱਲ ਨਹੀਂ ਹੈ। ਹੁਣ ਮੇਰਾ ਭਰਾ ਕਹਿ ਰਿਹਾ ਮੈਂ ਮੋਦੀ ਸਾਹਿਬ ਹੀ ਥਾਂ ਸਾਂ, ਉਹ ਮੇਰੇ ਵੀਰਾ ਇਸ ਨਾਲ ਉਹ ਹਿਸਾਬ ਹੈ ਮਾੜੇ ਭਰਾਉਣਾ ਕਿ ਮਜ਼ਾਕ ਸ਼ਾਮੀ ਗਰਾਊਂਡ 'ਚ ਬੱਚੇ ਖੇਡਣੇ ਹੋਣ ਨਹੀਂ ਦੋ, ਇੱਕ ਕੋਈ ਚੰਡ ਸੱਟੀ ਜਾਣਾ ਅਤੇ ਜਿਹੜਾ ਚੰਡ ਖਾਣਾ ਹੋਣਾ, ਖੈਰ ਮੈਂ ਆਇਆ ਮੈਂ ਮੰਮੀ ਡੈਡੀ ਨਾਲ ਲੈ ਜਾ, ਇਹ ਵੀ ਆਪਣੇ ਡੈਡੀ ਬੁਲਾਉਣ ਜਾ ਰਿਹਾ, ਉਹ ਮੁਕਾਬਲਾ ਮੇਰੇ ਨਾਲ ਕਰਨਾ ਯਾਰ,
ਮੁਕਾਬਲਾ ਮੇਰੇ ਨਾਲ ਕਰਨਾ ਆਪ ਦੋਏ ਕਰਨੇ ਨਾ ਡੈਡੀਆਂ ਨੀ ਕੰਮ ਕਿਹਾ ਵਿੱਚ ਤੂੰ ਆਪਣਾ ਡੈਡੀ ਆਪਣੇ ਘਰ ਰੱਖ ਮੈਂ ਆਪਣਾ ਡੈਡੀ ਆਪਣੇ ਘਰ ਰੱਖਣਾ ਦੋਏ ਮੁਕਾਬਲਾ ਕਰਨੇ ਲੇਕਿਨ ਹਾਲਾਤ ਕਿਆ ਅੱਜ ਕਿਆ ਮੈਂ ਅੱਜ ਕਿਤੇ ਸੁਣ ਰਿਹਾ ਸਾਂ ਕੋਈ ਅੱਜ ਕੱਲ੍ਹ ਪੋਰਟਲਾਂ ਸ਼ੋਟਲਾਂ ਮੈਂ ਖਬਰਾਂ ਚੱਲੀਆਂ ਰਹਿਣੀਆਂ ਹੁਣ ਪਤਾ ਨਹੀਂ ਸੱਚ ਹੈ ਜਾਂ ਝੂਠ ਹੈ ਉਸਨੇ ਵਿੱਚ ਖਬਰ ਸੀ ਕਿ ਜੰਮੂ ਕਸ਼ਮੀਰ ਮੈਂ ਬੀਜੇਪੀ ਕੇ ਕਿਸੀ ਵੀ ਲੀਡਰ ਪਰ ਅਟੈਕ ਹੋ ਸਕਦਾ ਹੈ ਅਟੈਕ ਕਿਉਂ ਹੋ ਸਕਦਾ ਹੈ ਦਸਾਂ ਸਾਲਾਂ ਕੀਤਾ ਕੋਈ ਨਹੀਂ ਜੰਮੂ ਕਸ਼ਮੀਰ ਚ ਹੁਣ ਕੋਈ ਨਵਾਂ ਡਰਾਮਾ ਕਰ ਸਨ ਹੁਣ ਕੋਈ ਨਵਾਂ ਐਸਾ ਕੋਈ ਡਰਾਮਾ ਕਰੀ ਜਿਸ ਰਿਸ਼ਵਤ ਜੀ ਮਾਰਿਆ ਹੁਣ ਪਤਾ ਨਹੀਂ ਕਿਹੜਾ ਕਰਿਆ ਸਨ ਤੇ ਤੁਸੀਂ ਬੇਵਕੂਫ ਬਣਾਈ ਦਾ ਫਿਰ ਵੋਟ ਲਈ ਸਨ ਹੁਣ ਫਰਜ਼ ਤੁਸਾਂ ਨਾ ਕਿ ਤੁਸਾਂ ਇਹਨਾਂ ਇਹਨਾਂ ਝੂਠੀਆਂ ਪ੍ਰੋਪੋਗੈਂਡੇ ਫਸਣਾ ਜਾਂ ਇਹਨਾਂ ਦੀਆਂ ਮਾਰਾਂ ਕੋਈ ਮੁੜ ਕੇ ਵੀ ਅਟੈਕ ਵੀ ਕਰ ਜਾਏ ਤੇ ਤੁਸੀਂ ਇੰਨਾ ਹੀ ਫਸੋਗੇ ਗਿਆ ਇੱਕੋ ਕੰਮ ਯਾਦ ਰੱਖਿਓ ਕੰਨ ਬੰਦ ਰੱਖਿਓ ਅੱਖਾਂ ਇਤਰੀ ਖੋਲਿਓ ਜਿੱਥੇ ਹਲ ਨਾਲ ਬਟਨ ਦਬਾਉਣਾ ਬਾਕੀ ਬੰਦ ਹੀ ਰੱਖਿਆ ਹੋਗਾ ਖੁੱਲੀਆਂ ਕੋਈ ਨਹੀਂ ਬਸ ਸਾਡੇ ਬਜ਼ੁਰਗ ਨਾ ਕਈ ਹੋਣੇ ਸਨ ਨਾ ਜਿਹਦਾ ਕੋਈ ਗੱਲ ਸਵਾਦ ਨਹੀਂ ਹੋਇਆ ਤਾਂ ਨਾ ਹੋਇਆ ਨਾ ਕੰਮਾਂ ਨਹੀਂ ਜਾਣ ਸਨ ਮੈਂ ਸੁਣਿਆ ਨਹੀਂ ਮੈਂ ਡੋਰਾਂ ਮੈਂ ਤੱਕਿਆ ਹੀ ਨਹੀਂ ਮੈਂ ਲੱਭਣਾ ਕੋਈ ਨਹੀਂ ਤੇ ਜਿਹਦਾ ਕੋਈ ਕੰਮਾਂ ਨਹੀਂ ਗੱਲ ਹੋਇਆ ਤਾਂ ਹਾਂ ਮੈਂ ਤੱਕਿਆ ਹੀ ਮਸਾਂ ਤੂੰ ਕਿੱਦਾਂ ਨੇ ਉਹਦੀਆਂ ਪਾਲਸੀ ਪਕੜਨੀ ਪੈ ਸੀ ਆਸਾਂ ਵੀ ਬਜ਼ੁਰਗਾਂ ਲਈ ਤਾਂ ਹੀ ਬੱਸਾਂ ਇਹਨਾਂ ਕੋਲੋਂ ਵਰਨਾ ਬਚਣਾ ਬੜਾ ਮੁਸ਼ਕਲ ਹੈ ਇਹਨਾਂ ਕੋਲੋਂ ਇਸ ਵਾਰ ਮੇਰੇ ਬਜ਼ੁਰਗੋ ਮੇਰੇ ਵੀਰੋ ਅੱਜ ਕਿਆ ਕਹਿ ਰਿਹਾ ਮੇਰੇ ਵੀਰ ਨੇ ਜਿਹੜਾ MLA ਬਣਿਆ ਸੀ 2014 ਉਸ ਨਾਲ ਭਰਾ ਕਿਆ ਕਹਿ ਰਿਹਾ ਤੁਸੀਂ ਵੀ ਸੁਣਿਆ ਸੀ ਕਿ ਅਸਾਂ ਕਰੋੜਾਂ ਰੁਪਏ ਵੰਡ ਰਹੇ ਤੇ ਸ਼ਰਾਬ ਨੀਆਂ ਛਬੀਲਾਂ ਲਾ ਦੇਣੀਆਂ ਪੈਸਾ ਵੰਡ ਕੇ ਔਰ ਸ਼ਰਾਬ ਵੰਡ ਕੇ ਅਸ ਵੋਟ ਲੈ ਲਾਂਗੇ ਮੇਰੇ ਬਜ਼ੁਰਗੋ ਮੇਰੇ ਵੀਰੋ ਕਿਆ ਅਸ ਬਿਖਾਰੀ ਹਾਂ ਕਿਆ ਪੈਸੇ ਵੀ ਵਿਕਾਂਗੇ ਬੋਲੋ ਮੇਰੇ ਕੋਲ ਕੋਈ ਨੀਅਤ ਹੈ ਤੁਸਾਂ ਨੀ ਇਹ ਤਾਂ ਮੁੜੇ ਤਾਂ ਜਾਣੀ ਤਾਂ ਲਾਈਕ ਕਰਿਆ ਕਰਨਗੇ ਇਲੈਕਸ਼ਨ ਕਿਆ ਆਉਣਾ ਹੈ ਕਿਆ ਪੈਸੇ ਪਰ ਵਿਕੋਗੇ ਸ਼ਰਾਬ ਪਰ ਵਿਕੇਗਾ ਕੋਈ ਸਾਡਾ ਆਨਾ ਆਨਾ ਬਜ਼ੁਰਗਾਂ ਦਾ ਵਾਰਿਸ ਹੈ ਮੇਰੇ ਵੀਰ ਜੇ ਪੂਰੀ ਉਮਰ ਗਰੀਬੀ ਤੱਕੀ ਲੇਕਿਨ ਤੁਸੀਂ ਅੱਗੇ ਹੱਥ ਨਹੀਂ ਹਟਿਆ ਉਹਨਾਂ ਨੇ ਇਹ 10 ਦਿਨ ਜਿੱਥੇ 10 ਸਾਲ ਖਰਚੇ ਆਪਣੇ ਆਪੇ ਚਲਾਏ ਨੇ ਉੱਥੇ 10 ਦਿਨ ਵੀ ਖਰਚੇ ਆਪਣੇ ਚਲਾ ਲਓ ਇਹ ਦਸਾਂ ਦਿਨਾਂ ਦੇ ਅੰਦਰ ਕੋਈ ਐਸਾ ਵੈਸਾ ਕੰਮ ਨਾ ਕਰਿਓ ਇਹ 10 ਦਿਨ ਤੂੰ ਸਾਂਭਲਿਓ ਵਾਅਦਾ ਲਿਆ ਕਿ 5 ਸਾਲ ਸੁਰਿੰਦਰ ਚੌਧਰੀ ਤੁਸਾਂ ਨਾਲ ਸੰਭਾਲੇਗਾ ਇਹਨਾਂ ਹੀ 10 ਦਿਓ ਇਹ ਜੋ ਲੋਕ ਕਹਿ ਰਹੇ ਨੇ ਕਿ ਪੈਸੇ ਔਰ ਸ਼ਰਾਬ ਪਰ ਨਿਸ਼ਾਨਾ ਨਾ ਵੋਟ ਖਰੀਦ ਲਾਂਗੇ ਉਹਨਾਂ ਹੀ ਕਹਿ ਦਿਓ ਅਗਰ ਪੈਸੇ ਔਰ ਸ਼ਰਾਬ ਨਾ ਪਰ ਵੋਟ ਵਿਕਣਾ ਹੋਇਆ ਫਿਰ ਅੰਬਾਨੀ ਅਡਾਨੀ ਪ੍ਰਧਾਨ ਮੰਤਰੀ ਹੋਣੇ ਚਾਹੀਦੇ ਸਨ ਨਰਿੰਦਰ ਮੋਦੀ ਸਾਹਿਬ ਨਹੀਂ ਸਨ ਹੋ ਸਕਦੇ ਕਿਉਂਕਿ ਉਹ ਤਾਂ ਚਾਹ ਵੇਚਣ ਵਾਲੇ ਸਨ ਫਿਰ ਤਾਂ ਅਮੀਰ ਆਦਮੀ ਬਣੇ ਨਾ ਇਹ ਜਿਹੜੇ ਅੰਬਾਨੀ ਨਵੇਂ ਨਵੇਂ ਸਾਡੇ ਇੱਥੇ ਲੰਬੇੜੀ 'ਚ ਬੜੇ ਨਾ ਇਹਨਾਂ ਅੰਬਾਨੀਆਂ ਬੁਲਾਈ ਕਰੋ ਜਿਹੜਾ ਵੀ ਜਾਣਾ ਕਿਸੇ ਨੇ ਘਰ ਅਫਸੋਸ ਕਰਨ ਜਾਣੇ ਉਹ ਜਿਵੇਂ ਹੀ ਪਾਇਆ ਉਹਨਾਂ ਨੇ ਪਟਕਾ ਫੱਟ ਕਦੇ ਠੋਕਣੇ ਤੇ ਫੋਟੋ ਚੜਾਈਆਂ ਇਹ ਵੀ ਮਾੜੇ ਨਾਲ ਤੇ ਦੂਏ ਦਿਨ ਉਹ ਵਿਚਾਰੇ ਮਾੜੇ ਕੋਲ ਆਉਂਦੇ ਉਹ ਮਾੜੇ ਕੋਲ ਆਉਂਦੇ ਨਾ ਅਸੀਂ ਪਾਓ ਦਿਲ ਨਾਲ ਇਹ ਪਾਉਣਾ ਚਾਹੁੰਦੇ ਉਹ ਅਸਾਂ ਦਿਲ ਕੋਈ ਨਾ ਮੰਨਣਾ ਉੱਥੇ ਮੇਰੇ ਬਜ਼ੁਰਗੋ ਮੇਰੇ ਵੀਰੋ ਟਾਈਮ ਕਾਫੀ ਹੋ ਗਿਆ ਮੈਂ ਚੰਗੜ ਜਾਣਾ ਮੈਂ ਤੁਸੀਂ ਇੱਕੋ ਚੀਜ਼ ਕਹਾਂਗਾ ਸੁਰਿੰਦਰ ਚੌਧਰੀ ਬੜੀ ਹਮਦਰਦੀ ਨਾਲ ਤੁਸੀਂ ਕਹਿ ਰਿਹਾ ਅਗਰ ਚਾਹੁੰਦੇ ਹੋ ਨਾ ਬੱਚਿਆਂ ਨਾਲ ਕੋਈ ਭਵਿੱਖ ਚਾਹੁੰਦੇ ਹੋ ਚਾਹੁੰਦੇ ਹੋ ਨਾ ਬੱਚਿਆਂ ਹੀ ਰੋਜ਼ਗਾਰ ਮਿਲੇ ਚਾਹੁੰਦੇ ਹੋ ਕਿ ਨਸ਼ੇ ਇਹ ਸ਼ਰਾਬ ਔਰ ਨਸ਼ੇ ਦੀਆਂ ਪੂੜੀਆਂ ਨਾਲ ਬੱਚਿਆਂ ਕੋਲੋਂ ਦੂਰ ਹੋ ਜਾਣ ਤਾਂ ਸੁਰਿੰਦਰ ਚੌਧਰੀ ਨਾਲ ਹੱਲ ਨਾਲ ਬਟਨ ਦਬਾ ਦਿਓ ਅਗਰ ਚਾਹੁੰਦੇ ਹੋ ਅਗਰ ਚਾਹੁੰਦੇ ਹੋ ਅਗਰ ਚਾਹੁੰਦੇ ਹੋ ਕਿ ਤੁਸਾਂ ਨੇ ਤਾਮੀਰ ਔਰ ਤਰੱਕੀ ਹੋਏ ਚਾਹੁੰਦੇ ਹੋ ਕਿ ਡਿਸਟ੍ਰਿਕਟ ਬਣਨਾ ਚਾਹੀਦਾ ਤਾਂ ਫਿਰ ਸੁਰਿੰਦਰ ਚੌਧਰੀ ਨਾਲ ਹੱਲ ਨਾਲ ਬਟਨ ਦਬਾ ਦਿਓ ਚਾਹੁੰਦੇ ਹੋ ਸੁਰਿੰਦਰ ਚੌਧਰੀ ਜੀ ਤੇ ਚਾਹੁੰਦੇ ਹੋ ਅਗਰ ਚਾਹੁੰਦੇ ਹੋ ਫਿਰ ਅਗਰ ਚਾਹੁੰਦੇ ਹੋ ਤਾਂ ਦੋਵੇਂ ਹੱਥ ਖੜੇ ਕਰਕੇ ਉੱਚੀ ਆਵਾਜ਼ ਵਿੱਚ ਜਵਾਬ ਦਿਓ
ਬਟਨ ਕਿੱਥੇ ਦਬਾਓਗੇ? ਤੁਸੀਂ ਮਾੜੀ ਕਸਮ ਲੱਗਿਆ ਕੋਈ ਝੂਠਾ ਨਾਰਾ ਮਾਰਨਾ ਹੋਣਾ, ਜੇ ਦਿਲ ਕਰਨਾ ਦਬਾਓ, ਨਹੀਂ ਦਿਲ ਕਰਨਾ ਤੇ ਦੂਆ ਇੱਕ ਹੋਰ ਵੀ ਆਏ। ਬਟਨ ਕਿੱਥੇ ਦਬਾਓਗੇ? ਬਟਨ ਕਿੱਥੇ ਦਬਾਓਗੇ? ਬਟਨ ਕਿੱਥੇ ਦਬਾਓਗੇ? ਨੈਸ਼ਨਲ ਕਾਨਫਰੰਸ, ਡਾਕਟਰ ਫਾਰੂਕ ਅਬਦੁੱਲਾ, ਮੀਆਂ ਅਲਤਾਫ ਸਾਹਿਬ, ਰਾਹੁਲ ਗਾਂਧੀ, ਸੋਨੀਆ ਗਾਂਧੀ। ਮਾਲਿਕਾ ਤੁਸਾਂ ਸਾਰੀਆਂ ਵੋਟ ਦੀ ਜ਼ਰੂਰਤ ਨਹੀਂ ਹੈ, ਹੈ ਨਾ? ਜਿਹੜੇ ਵਿੱਚ ਬੈਠੇ ਕੁਰਸੀਆਂ ਖਲਤੇ ਵਿਚਾਰੇ ਮਾਰ ਲੈਣ, ਲਾਈਟਾਂ ਚਲਾ ਲਓ ਸਾਰੇ। ਇਸ ਵਿੱਚ ਮੇਰੇ ਬਜ਼ੁਰਗੋ, ਮੇਰੇ ਵੀਰੋ, 25 ਤਾਰੀਖ ਤੁਸਾਂ ਨੇ ਵੋਟ ਪੈਣਾ ਹੈ। 25 ਤਾਰੀਖ ਤੁਸਾਂ ਨੇ ਵੋਟ ਪੈਣੇ ਨੇ। 25 ਤਾਰੀਖ ਦਿਨ ਰਹਿ ਗਏ ਨੇ, 9 ਦਿਨ। ਇਹਨਾਂ 9 ਦਿਨਾਂ ਵਿੱਚ ਆਪਣੇ ਵੋਟਾਂ, ਇੱਕ ਮਿੰਟ, ਇਹਨਾਂ 9 ਦਿਨਾਂ ਵਿੱਚ ਆਪਣੇ ਵੋਟ ਸੰਭਾਲ ਲਓ। ਇਹਨਾਂ ਵੋਟਾਂ ਨੀ ਕਿਤੇ ਨਾ ਕਿਤੇ ਕੋਈ ਤਾਰ ਮਾਰ ਲਓ, ਕੋਈ ਚਾਰ ਦੀਵਾਰੀ ਕਰ ਲਓ। ਜਿੱਥੇ ਜਿੱਥੇ ਤੁਸਾਂ ਨੇ ਰਿਸ਼ਤੇਦਾਰੀਆਂ, ਦੋਸਤੀਆਂ ਯਾਰੀਆਂ, ਭਾਈਚਾਰਾ, ਉੱਠਣਾ ਬੈਠਣਾ ਹੈ, ਹਰ ਜਗ੍ਹਾ ਫੋਨ ਕਰੋ, ਗੱਲਬਾਤ ਕਰੋ, ਔਰ ਉਹਨੇ ਕਹੋ ਕਿ ਇਸ ਵਾਰੀ ਅਸਾਂ ਹੱਲ ਨਾ ਬਟਨ ਦਬਾਉਣਾ ਔਰ ਸੁਰਿੰਦਰ ਚੌਧਰੀ ਕਾਮਯਾਬ ਕਰਨਾ ਹੈ। ਹੱਲ ਨਾ ਬਟਨ ਤੁਸਾਂ ਨਾ, ਮੇਰਾ 3 ਨੰਬਰ ਪਰ ਹੈ। ਪਹਿਲਾ ਨੰਬਰ ਵੀ ਛੋੜ ਦੇਣਾ, ਦੂਆ ਵੀ ਛੋੜ ਦੇਣਾ, 3 ਬਟਨ ਦਬਾ ਕੇ ਠੋਕ ਦੇਣਾ, ਔਰ ਜਦ ਤੱਕ ਉਹ ਤੂੰ ਨਾ ਕਰੇ ਛੋੜਿਓ ਨਹੀਂ, ਕਿਉਂ ਤੂੰ ਕਰੇਗਾ ਤਾਂ ਹੀ ਵੋਟ ਪਾਸ ਹੋਏਗਾ। ਔਰ ਜਿਹੜੇ ਵੋਟ ਤੂੰ ਕਰਕੇ ਨਿਕਲੇਗਾ ਉਹਦੇ ਨਾਲ ਇੱਕ ਫੋਟੋ ਲੱਗਿਆ ਉੱਥੇ, ਹੱਲ ਨਾ ਬਟਨ ਦਬਾਓਗੇ, ਇੱਧਰ ਫੋਟੋਆਂ ਵਿੱਚ ਵੀ ਹੱਲਾਂ ਆਉਣੀ ਚਾਹੀਦੀਆਂ। ਜੇ ਬਟਨ ਇੱਥੇ ਤੁਸਾਂ ਹੱਲ ਨਾ ਦਬਾਇਆ, ਇੱਧਰ ਫੋਟੋਆਂ ਕੋਈ ਹੋਰ ਬਲਾ ਨਿਕਲੀ ਤਾਂ ਅੰਦਰ ਹੀ ਖਾਪ ਆਈ ਹੋਏ, ਇਹ ਬਲਾ ਕਿਆ ਆਈ ਹੋਏ, ਕਿਉਂਕਿ ਇਹ ਬਲਾ ਜਿਹੜੀ 10 ਸਾਲਾਂ ਦੀ ਚੁੰਮੜੀ ਹੈ ਤੁਸੀਂ ਕੀ ਹੈ। ਇਸ ਵਾਸਤੇ ਇਸ ਵੇਲੇ ਕੈਂਡੀਡੇਟ ਘੱਟ ਹਨ। ਇਸ ਵਾਸਤੇ ਮੈਂ ਤੁਸੀਂ ਇੱਕੋ ਚੀਜ਼ ਕਹਾਂਗਾ, 25 ਤਾਰੀਖ ਸਵੇਰੇ ਜਲਦੀ ਉੱਠ ਕੇ ਆਪਣਾ ਹੱਲ ਨਾ ਬਟਨ ਦਬਾਇਓ। ਹੁਣ ਵਿੱਚ ਗੁੰਮਰਾਹ ਕਰਨ ਵਾਲੇ ਬੜੇ ਆਉਣਗੇ, ਗੁੰਮਰਾਹ ਮਤ ਹੋਇਓ। ਮਜ਼ਾ ਤਾਂ ਹੈ ਕਿ ਤੁਸੀਂ ਜਿਹੜੀਆਂ, ਕਿਉਂਕਿ ਤੁਸੀਂ ਯਾਦ ਪਤਾ ਹੈ ਕਿ ਮੇਰੇ ਟਾਈਮ ਜੋ ਕੰਮ ਹੋਏ ਮੁੜ ਕੇ ਕੋਈ ਨਹੀਂ ਹੋਏ, ਔਰ ਨਸ਼ਹਿਰੇ ਨਾਲ ਜੋ ਨਸ਼ਹਿਰੇ ਵਾਸਤੇ ਮੈਂ ਕੀਤਾ ਉਦੋਂ ਹੀ ਹੋਇਆ, ਉਸ ਤੋਂ ਬਾਅਦ ਕੋਈ ਨਹੀਂ ਹੋਇਆ। ਔਰ ਮੈਂ ਤੁਸੀਂ ਕਹਾਂਗਾ, ਦੁਆ ਕਰਿਓ ਉਸ ਰੱਬ ਅੱਗੇ ਕਿ ਸੁਰਿੰਦਰ ਚੌਧਰੀ ਜਿੱਤ ਜਾਏ। ਔਰ ਰੱਬ ਨੇ ਚਾਹਿਆ ਜਿਹੜੇ 8 ਤਰੀਕ ਰਿਜ਼ਲਟ ਨਿਕਲੇਗਾ, ਮਜ਼ਾ ਤਾਂ ਹੈ ਕਿ ਸੁਰਿੰਦਰ ਚੌਧਰੀ ਤੁਸੀਂ ਨਾਲ MLA ਹੋਏ। ਜਿਹੜੇ ਮੁੜ ਕੇ ਇਸ ਹਾਲ 'ਚ ਆ ਕੇ ਬੈਠਾ, ਅਫੀਸਰਾਂ ਨਾਲ ਬੈਠਾ, ਤਾਂ ਸੁਰਿੰਦਰ ਚੌਧਰੀ ਨੇ ਗੱਡੀ ਝੰਡੀ ਲੱਗੀ ਹੋਵੇ, ਫਿਰ ਮਜ਼ਾ ਆਏਗਾ ਕਿ ਅਸਾਂ ਕੁਛ ਕੀਤਾ। ਇਸ ਵਾਸਤੇ ਮੇਰੇ ਬਜ਼ੁਰਗੋ, ਮੇਰੇ ਵੀਰੋ, ਮੇਰੀਆਂ ਭੈਣੋ ਔਰ ਮੇਰੀਆਂ ਮਾਤਾ, ਤੁਸਾਂ ਸਾਰਿਆਂ ਨਾਲ ਬਹੁਤ ਬਹੁਤ ਸ਼ੁਕਰੀਆ। ਤੁਸਾਂ ਸਾਰਿਆਂ ਕੀਮਤੀ ਟਾਈਮ ਕੱਢਿਆ। ਇਹ ਨਿਸ਼ਹਿਰਾ ਬਾਜ਼ਾਰ ਦੀਆਂ 2 ਵਾਰਡਾਂ ਦੀ ਮੀਟਿੰਗ ਹੈ, ਅਜੇ ਹੋਰ ਵਾਰਡਾਂ ਦੀ ਬਾਕੀ ਹੈ। ਅਜੇ ਅਸਾਂ ਪਟੇਲ ਚੌਕ ਇੱਕ ਦਿਨ ਕੀਤਾ ਸੀ, ਅਜੇ ਪ੍ਰੋਗਰਾਮ ਚੱਲ ਰਿਹਾ। ਔਰ ਮੈਂ ਉਮੀਦ ਕਰਾਂਗਾ ਕਿ ਤੁਸੀਂ ਸਾਰੇ ਸੁਰਿੰਦਰ ਚੌਧਰੀ ਬਣ ਕੇ ਕੰਮ ਕਰੋਗੇ। ਸਾਰੇ ਸੁਰਿੰਦਰ ਚੌਧਰੀ ਬਣ ਕੇ ਕੰਮ ਕਰੋਗੇ ਨਾ? ਮਿਹਨਤ ਕਰੋਗੇ ਨਾ? ਇਸ ਵਿੱਚ ਜ਼ੋਰ ਲਗਾ ਦਿਓ, ਹਿੰਮਤ ਕਰਕੇ ਜ਼ੋਰ ਲਗਾ ਦਿਓ, ਕਿਉਂਕਿ ਇਹ ਜਿਹੜੇ ਤੁਸਾਂ ਨੇ ਸਾਹਮਣੇ ਅੱਜ ਆਏ, ਬੜਾ ਕੁਝ ਫਰਾਡ ਕਰਨਗੇ। ਇਹਨਾਂ ਫਰਾਡਾਂ 'ਚ ਉਸ ਨਾ ਕੋਈ ਐਸੀ ਆਡੀਓ ਬਣਾ ਕੇ ਭੇਜ ਦੇਣ ਕਿ ਸੁਰਿੰਦਰ ਚੌਧਰੀ ਫਲਾਣੀ ਬਰਾਦਰੀ ਗਾਲਾਂ ਕੱਢਿਆ ਕਰਨਾ, ਫਲਾਣੇ ਜਾਤ ਹੀ ਗਾਲਾਂ ਕੱਢਿਆ ਕਰਨਾ। ਮਤ ਆਵਿਓ, ਮੈਂ ਇੰਨੇ 18-19 ਸਾਲ ਮਿਹਨਤ ਕੀਤੀ ਹੈ, ਮੈਂ ਜਾਤ ਬਰਾਦਰੀਆਂ ਹੀ ਗਾਲਾਂ ਕੱਢਣ ਵਾਸਤੇ ਨਹੀਂ ਕੀਤੀ ਮਿਹਨਤ। ਔਰ ਮੈਂ ਪਿੱਛੇ ਵੀ ਕਹਿ ਕੇ ਆਇਆ, ਨਸ਼ਹਿਰੇ ਦੀ ਧਰਤੀ ਪਰ ਕਹਿ ਕੇ ਜਾਵਾਂਗਾ, ਫਿਰ ਤੁਸੀਂ ਰਿਕੁਐਸਟ ਕਰਾਂਗਾ। 14 ਸਾਲ ਭਗਵਾਨ ਰਾਮ ਚੰਦਰ ਜਿੰਨਾ ਭਗਵਾਨ ਬਨਵਾਸ ਕੱਟਣ ਗਿਆ ਸੀ, ਮਾੜਾ ਤਾਂ 18-19 ਸਾਲ ਹੋਈ ਹੈ, ਹੁਣ ਮਾੜਾ ਵੀ ਬਨਵਾਸ ਕਟਾਈ ਛੋੜੋ, ਬੜੀ ਮਿਹਨਤ ਕੀਤੀ ਹੈ। ਬਹੁਤ ਬਹੁਤ ਸ਼ੁਕਰੀਆ।